ਸਸ਼ੀਕਾਲ ਨਮਸਕਾਰ ਅਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਕੱਲ ਸਾਡੇ ਨਾਲ ਜੁੜੇ ਹੋਏ ਸੀ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਤੇ ਅੱਜ ਇੰਨੇ ਜ਼ਿਆਦਾ ਮੈਸੇਜਸ ਆਏ ਕਿ ਉਹ ਪ੍ਰੋਗਰਾਮ ਦੁਬਾਰਾ ਕੀਤਾ ਜਾਵੇ ਕਿਉਂਕਿ ਅਸੀਂ ਉਹ ਪ੍ਰੋਗਰਾਮ ਲੇਡੀਆਂ ਦੀ ਜਿਹੜੀ ਵਾਧਦੀ ਹੋਈ ਨਸ਼ੇ ਵਾਲ ਜਿਹੜੀ ਵਧਿਆ ਹੋਇਆ ਧਿਆਨ ਹੈ ਉਹਦੇ ਉੱਤੇ ਪ੍ਰੋਗਰਾਮ ਕੀਤਾ ਸੀ ਤੇ ਬਹੁਤ ਜ਼ਿਆਦਾ ਮੈਸੇਜਸ ਆਏ ਮੈਂ ਕੋਸ਼ਿਸ਼ ਕਰੂੰਗਾ ਅਗਲੇ ਹਫਤੇ ਉਹਨਾਂ ਨੂੰ ਫਿਰ ਤੁਹਾਡੇ ਰੂਬਰੂ ਕਰਨ ਦੀ ਤੇ ਆਪਾਂ ਉਹਨਾਂ ਨੂੰ ਫਿਰ ਤੁਹਾਡੇ ਤੋਂ ਉਹਨਾਂ ਤੋਂ ਸਾਰਾ ਤੇ ਤੁਹਾਡੇ ਸਾਰੇ ਵਿਚਾਰ ਲਵਾਂਗੇ ਦਰਸ਼ਕੋ ਇਵੈਂਟਸ ਖੁੱਲ ਗਏ ਨੇ ਵੈਕਸੀਨੇਸ਼ਨ ਕਾਫੀ ਹੋ ਚੁੱਕਾ ਹੈ ਹਰ ادارے ਨੂੰ ਹਰ ਪ੍ਰੋਗਰਾਮ ਨੂੰ ਤੁਹਾਡੇ ਜੋਇ ਸਾਥ ਦੀ ਲੋੜ ਹੁੰਦੀ ਹੈ ਜੇ ਤੁਸੀਂ ਚਾਹੁੰਦੇ ਕਿ ਜਸ ਪੰਜਾਬੀ ਤੁਹਾਡੇ ਕਿਸੇ ਈਵੈਂਟ ਨੂੰ ਜਾਂ ਕਿਸੇ ਪ੍ਰੋਗਰਾਮ ਨੂੰ ਜਾਂ ਤੁਹਾਡੇ ਐਡਸ ਨੂੰ ਕਿਸੇ ਪ੍ਰੋਗਰਾਮ ਨੂੰ ਬਿਜ਼ਨਸ ਵਾਸਤੇ ਐਡ ਵਾਸਤੇ ਤੁਸੀਂ ਜੇ ਚਾਹੋ ਤਾਂ ਪਲੀਜ਼ ਸਾਨੂੰ ਕੰਟੈਕਟ ਕਰੋ info@justbroadcasting.com ਜਾਂ 20945338 ਤੇ ਸੰਪਰਕ ਕਰ ਸਕਦੇ ਹੋ ਦਰਸ਼ਕੋ ਪਿਛਲੇ 24 ਘੰਟਿਆਂ ਤੋਂ ਬਹੁਤ ਕੁਝ ਨਵਾਂ ਵਾਪਰ ਗਿਆ ਚ ਹੈ ਵੈਸਟ ਬੰਗਾਲ ਦੇ ਵਿੱਚ ਐਮਐਲਏਸ ਦਾ ਇਧਰ ਲਈ ਪਾਰਟੀ ਤੋਂ ਉਧਰ ਲਈ ਪਾਰਟੀ ਜਾਣਾ ਫਿਰ ਇੱਕ ਦੂਜੇ ਤੇ ਰੋਪ ਪ੍ਰਤੀਆਪ ਲਾਉਣੇ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੀ ਕਿ ਜਿਹੜਾ 202 ਦੋਵਾਂ ਦਿਨ ਹੋ ਗਿਆ 202 ਦੋਵਾਂ ਦਿਨ ਕਿਸਾਨ ਅੰਦੋਲਨ ਨੂੰ ਤੇ ਸੁਖਪਾਲ ਸਿੰਘ ਇਹਦਾ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲਣਾ ਔਰ ਉਸ ਤੋਂ ਬਾਅਦ ਜੋ ਹੈ ਆਪਾਂ ਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਸੀਗੀਆਂ ਕਿ ਤੁਸੀਂ ਜਦੋਂ ਦਾ ਕੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੱਡੇ ਨੇਤਾ ਨੂੰ ਕਿਉਂ ਨਹੀਂ ਲੈ ਕੇ ਆਏ ਦਰਸ਼ਕੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਪੁਰਵ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਤੇ ਬੜੇ ਹੀ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਤੋਂ ਮੇਰੇ ਕਹਿਣ ਤਾ ਪਾਵ ਸ਼੍ਰੀ ਮਨੋਰੰਜਨ ਕਾਲੀਆ ਜੀ ਸਾਡਾ ਜੁੜ ਗਏ ਨੇ ਜਲੰਧਰ ਤੋਂ ਆਪਾਂ ਉਹਨਾਂ ਦਾ ਪਹਿਲਾ ਸਵਾਗਤ ਕਰਾਂਗੇ ਤੇ ਸਾਰੇ ਕੁਐਸਚਨ ਉਹਨਾਂ ਨੂੰ ਪੁੱਛਾਂਗੇ ਅੱਟਰ ਟਾਈਮ ਕਾਲੀਆ ਸਾਹਿਬ ਬਹੁ ਬਹੁ ਸਵਾਗਤ ਜੀ ਓਪਨ ਪਲੇਟਫਾਰਮ ਪਰੰਤੋ ਜਸ ਮੀਗੀ ਹੋਰ ਠੀਕ ਠਾਕ ਹੋ ਜੀ ਤੁਸੀਂ ਹਾਂਜੀ ਠੀਕ ਹੈ ਜੀ ਚਲੋ ਆ ਕਾਲੀਆ ਸਾਹਿਬ ਬਹੁਤ ਵੱਡਾ ਇਸ਼ੂ ਇਸ਼ੂ ਬਹੁਤ ਨੇ ਆਪਾਂ 2022 ਤੇ ਵੀ ਜਾਣਾ ਆਪਾਂ ਤੁਹਾਡੀ ਭਾਰਤੀ ਜਨਤਾ ਪਾਰਟੀ ਜਾਣਾ ਵਿਦ ਆਲ ਯੂ ਰਿਸਪੈਕਟ ਕਿ ਜੋ ਕੁਝ ਵੀ ਵਾਪਰਿਆ ਮਲੋਟ ਚਾ ਪਹੁੰਚ ਵੀ ਚੱਲਾਂਗੇ ਵਸਾਰ ਤੋਂ ਵੱਡਾ ਜਿਹੜਾ ਕੁਐਸਚਨਸ ਹੈਗਾ ਕਾਲੀਆ ਸਾਹਿਬ ਇੱਥੇ ਜਿਹੜੇ ਐਨਾਰਾਇਜ਼ ਬੈਠੇ ਨੇ ਉਹਨਾਂ ਦੀ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰਾਂ ਤੋਂ ਬਹੁਤ ਨੇ ਤੁਹਾਨੂੰ ਕੀ ਲੱਗਦਾ ਜੀ ਅੱਜ 202 ਦਿਨ ਹੋ ਗਏ ਕਿਸਾਨ ਆंदोलਨ ਨੂੰ ਕਾਲੀਆ ਸਾਹਿਬ ਜੇ ਆਪਾਂ ਇੱਕ ਵਾਈ ਜੇ ਆਪਾਂ ਇੱਕ ਇੱਕ ਦਿਨ ਕਰਕੇ ਇੱਕ ਇੱਕ ਚੀਜ਼ਾਂ ਕਰਕੇ ਜਾਈਏ ਕਿ ਆ ਕਾਨੂੰਨੀ ਦਾ ਤਾਂ ਉਹ ਬਾਤ ਚ ਕਰ ਲਾਂਗੇ ਪਹਿਲਾਂ ਇਹ ਦੱਸੋ ਕਿ ਆ ਤੁਸੀਂ ਕਦੇ ਸੀਨੀਅਰ ਲੀਡਰਸ਼ਿਪ ਦਿੱਲੀ ਚ ਕਦੇ ਕੋਸ਼ਿਸ਼ ਕੀਤੀ ਆ ਕਿ ਮਾਮਲਾ ਸੋਲਵ ਕੀਤਾ ਜਾਵੇ ਕਿ ਤਨਾ ਕਿਤੇ ਦੇਖੋ ਹਾਲੇ ਜਦੋਂ ਕਿਸਾਨ ਅੰਦੋਲਨ ਪੰਜਾਬ ਦਾ ਬਾਰਡਰ ਨਹੀਂ ਟੱਪਿਆ ਸੀਗਾ ਜੀ ਉਦੋਂ ਅੱਡੀ ਪੰਜਾਬ ਦੀ ਕੋਰ ਕਮੇਟੀ ਹੈਗੀ ਆ ਜੀ ਸਾਡੇ ਰਾਸ਼ਟਰੀ નેਤৃত্ব ਨੂੰ ਮਿਲੇ ਸੀਗੇ ਉਸ ਦੇ ਵਿੱਚ ਜਿਹੜੇ ਸਾਡੇ ਐਕਸ ਪ੍ਰੈਜ਼ੀਡੈਂਟਸ ਹੈ ਫਾਰਮਰ ਔਰ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਸ਼੍ਰੀ ਐਸਪੀ ਸ਼ਰਮਾ ਜੀ ਜੀ ਸੋ ਉਹਨਾਂ ਦੇ ਅਨਰੇਤ ਦੇ ਉੱਤੇ ਥੱਲੇ ਅਸੀਂ ਮਿਲੇ ਸੀਗੇ ਸਾਡੇ ਰਾਸ਼ਟਰੀ ਅਧਿਖਸ਼ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਨੂੰ ਜੀ ਔਰ ਮਹਾ ਮੰਤਰੀ ਸੰਗਠਨ ਸ਼੍ਰੀ ਬੀ ਐਲ ਸੰਦੋਸ਼ ਜੀ ਨੂੰ ਜੀ ਸੋ ਅਸੀਂ ਉਦੋਂ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕੇਂਦਰੀ ਨਿਰਦੇਸ਼ਤਵ ਦੇ ਨਾਲ ਡਿਸਕਸ ਕੀਤੀਆਂ ਔਰ ਉਹਨਾਂ ਨੂੰ ਦੱਸਿਆ ਕਿਉਂਕਿ ਅਸੀਂ ਪਾਰਟੀ ਦੇ ਪਲੈਟਫਾਰਮ ਉਤੇ ਪਾਰਟੀ ਦਾ ਡਿਸਪਲਿਨ ਦਾ ਅਨੁਸਰਣ ਕਰਦੇ ਆ ਹੋਇਆ ਅਸੀਂ ਜੋ ਕੁਝ ਕਹਿ ਸਕਦੇ ਸੀ ਪੰਜਾਬ ਦੇ ਹਿਤਾ ਲਈ ਜੋ ਕੁਝ ਕਹਿ ਸਕਦੇ ਸੀ ਕਿ ਪੰਜਾਬ ਦੇ ਕਿਸਾਨਾਂ ਲਈ ਜੋ ਕੁਝ ਇਸ ਅੰਦੋਲਨ ਬਾਰੇ ਕਹੇ ਸਾਰੀਆਂ ਗੱਲਾਂ ਉਹਨਾਂ ਨੂੰ ਜੀ ਕਾਲੀਯਾ ਸਾਹਿਬ ਅੱਪਾ ਹੁਣ ਅੱਗੇ ਚੱਲਦੇ ਆਂ ਅਸੀਂ ਇਸ ਮੰਚ ਤੋਂ ਇਸ ਮੰਚ ਤੋਂ ਅਸੀਂ ਰੱਜ ਕੇ ਨਖੇਦੀ ਕੀਤੀ ਸੀ ਜੋ ਕੁਛ ਵੀ ਵਾਪਰਿਆ ਮਲੋਟ ਦੇ ਵਿੱਚ ਮਾਨਯੋਗ ਅ ਅਰुण ਨਾਰੰਗ ਜੀ ਨਾਲ ਅਸੀਂ ਇਥੋਂ ਖੇਦੀ ਕੋਈ ਕਿਸੇ ਨੂੰ ਲੋਕਤੰਤਰ ਚ ਕਿਸੇ ਨੂੰ ਕੋਈ ਹੱਕ ਨਹੀਂ ਕੀ ਕੋਈ ਕਿਸੇ ਦਾ ਕੱਪੜੇ ਫਾੜ ਦਵੇ ਔਰ ਬਦਤਮੀਜ਼ੀ ਕਰੇ ਅਸੀਂ ਇਸ ਇਸ ਮੰਚ ਤੋਂ ਰੱਜ ਕੇ ਨਖੇਦੀ ਕੀਤੀ ਸੀਗੀ ਔਰ ਹਾਂਜੀ ਕਾਲੀਯਾ ਸਾਹਿਬ ਮੇਰਾ ਕੁਐਸਚਨ ਹੈ ਐਜ਼ ਅ ਬਿਜ਼ਨਸਮੈਨ ਐਜ਼ ਅ ਬਿਜ਼ਨਸਮੈਨ ਤੁਸੀਂ ਹੋ ਨਿਰਾਜ਼ ਨੇਤਾ ਜੇ ਕਾਨੂੰਨ ਜਿਹੜੇ ਹੈਗੇ ਇਹ ਲਾਗੂ ਹੋ ਜਾਂਦੇ ਆ ਤਾਂ ਤੁਹਾਨੂੰ ਨਹੀਂ ਲੱਗਦਾ ਜਿਹੜੀ APMC ਮੰਡੀ ਐਕਟ ਆ ਤੁਸੀਂ ਸਾਰਾ ਦਿਨ ਆਪਦੀ ਬਿਜ਼ਨਸ ਕਮਿਊਨਿਟੀ ਚ ਵਿਚਰਦੇ ਹੋ APMC ਮੰਡੀ ਖਤਮ ਹੋ ਜਾਊਗੀ ਉਹਦੇ ਨਾਲ ਫਿਰ ਜਿਹੜੇ ਆੜਤੀਆ ਉਹ ਖਾਲੀ ਹੋ ਜਾਣਗੇ ਉਹ ਤਾਂ ਚਲੋ ਪੈਸੇ ਵਾਲੀ ਜ਼ਮਾਤ ਤਾਂ ਕੋਈ ਹੋਰ ਕੰਮ ਸ਼ੁਰੂ ਕਰ ਲੂਗੀ ਪਰ ਉਹਨਾਂ ਦੇ ਨਾਲ ਜਿਹੜੀ ਟਰਾਂਸਪੋਰਟੇਸ਼ਨ ਹੈ ਹੋਰ ਮਜ਼ਦੂਰ ਜਿਹੜੇ ਆ ਚੁੰਗੀ ਵਾਲੇ ਉਹ ਕਿੱਧਰ ਜਾਣਗੇ कोई सेकंड थॉट है इस बारे जी देखो ऐसा है जी, कि 11 बार गलबात हुई किसान जथेबंद और केंद्रीय कृषि मंत्री ते और उस तो बाद डेडलॉक होया फिर जो किसान जथेबंद ने किया कि आप गलबात शुरू करी जी और जित तक सवाल यह है गया कि उन्होंने हितों की देखो राष्ट्रीय पद्धर के उ भारतीय जनता पार्टी भी किसान की पार्टी और किसान भरावान ने दो बारी ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰਚ ਬਣਾਈ ਉਹ ਜਿੱਦ ਤੱਕ ਸਵਾਲ ਕਿਸਾਨਾਂ ਦੇ ਹਿੱਤਾਂ ਦਾ ਹੈਗਾ ਉਹਦੇ ਤੇ ਪੂਰੀ ਪੈਰਾਡੈਰੀ ਜੜੇਗਾ ਦਵਾਂਗੇ ਔਰ ਉਹਨਾਂ ਦੇ ਹਿੱਤ ਜਿਹੜੇ ਹੈਗੇ ਆ ਉਹਨੇ ਨਹੀਂ ਹੋਣ ਦਵਾਂਗੇ ਔਰ ਜਿੱਦ ਤੱਕ ਸਵਾਲ ਇਹ ਹੈਗਾ ਆੜਤੀਆਂ ਦਾ ਜਾਂ ਮਜ਼ਦੂਰਾਂ ਦਾ ਉਹਨਾਂ ਦਾ ਵੀ ਹਿੱਤ ਜਿਹੜਾ ਹੈਗਾ ਪੂਰਿਆ ਜਾਏਗਾ ਔਰ ਵੈਸੇ ਜਿੱਦ ਤੱਕ ਹੈਗਾ ਹੁਣ ਸੁਪਰੀਮ ਕੋਰਟ ਦਾ ਕਿਉਂਕਿ ਹਲੇ ਤੱਕ ਸਟੇ ਹੈਗਾ ਤੋ ਉਸ ਨਾਤੇ ਜਿਹੜਾ ਹੈਗਾ ਹਲੇ ਐਕਟ ਲਾਗੂ ਨਹੀਂ ਜੀ 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 ਆ ਲਾਸਟ ਕੁਐਸਚਨ ਐਸ ਮੁੱਦੇ ਤੇ ਉਸ ਤੋਂ ਬਾਅਦ ਇੱਕ ਕਾਲ ਹਾਂ ਦੀ ਤਾਂ ਲੈ ਲਾਂਗੇ ਆਪਾਂ ਉਸ ਬਾਰੇ ਆ ਮੇਰਾ ਐਸ ਐਸ ਅ ਬਿਕਸਟ ਟੂ ਸੀ ਵੀ ਬਿਜ਼ਨਸ ਕਮਿਊਨਿਟੀ ਚ ਹੁਣ ਅਕਾਲੀਆ ਸਾਹਿਬ ਮੇਰਾ ਲਾਸਟ ਕੁਐਸਚਨ ਇਹ ਹੈ ਕਿ ਜੇ ਐਸੈਂਸ਼ੀਅਲ ਕਮਿਊਨਿਟੀ ਜਿਹੜਾ ਐਕਟ ਲਾਗੂ ਹੋ ਜਾਂਦਾ ਹੈ ਤਾਂ ਅਕਾਲੀਆ ਸਾਹਿਬ ਛੋਟੇ ਦੁਕਾਨਦਾਰਾਂ ਨੂੰ ਹੀ ਨਹੀਂ ਇਹ ਗਾਤਕ ਹੋਵੇਗਾ ਇਹ ਪੂਰੇ ਕੰਜ਼ਿਊਮਰ ਨੂੰ ਜਿਹੜਾ ਬੰਦਾ ਪ੍ਰਾਣੀ ਤੌਰ ਤੇ ਰਿਹਾ ਕਿਉਂਕਿ ਜਿਹੜੇ ਵੱਡੇ ਕਾਰਪੋਰੇਟ ਹਾਊਸ ਆ ਤੁਹਾਡਾ ਸਟੋਰ ਕਰਕੇ ਉਸ ਤੋਂ ਬਾਅਦ ਆਪਦੀ ਮਨਮਾਨੀ ਨਾਲ ਉਹ ਛੋਟੇ ਥੈਲੀਆਂ ਚ ਪਾ ਕੇ ਆਪਦੀ ਮੌਸ ਦੇ ਵਿੱਚ ਉਹ ਪ੍ਰਾਈਸ ਲਾਉਣਗੇ ਠੀਕ ਹੈ ਤੇ ਉਹਦੇ ਨਾਲ ਪੂਰਾ ਕੰਜ਼ਿਊਮਰ ਤੁਹਾਨੂੰ ਨਹੀਂ ਲੱਗਦਾ ਕਿ ਪੂਰਾ ਜਿਹੜੀ ਹੱਦ ਤੋਂ ਜ਼ਿਆਦਾ ਮਹਿੰਗਾਈ ਵਧ ਜਾਏਗੀ ਇਤਨਾ ਮੈਂ ਤੁਹਾਡੀ ਜਾਣਕਾਰੀ ਲਈ ਮੈਂ ਐਡਵੋਕੇਟ ਪਾਈ ਪ੍ਰੋਫੈਸ਼ਨਲ जी। और जिद तक सवाल है एक्ट का भी उन्होंने जीडिया कुछ जगह कैब्रोकेट थी है सैक्शन सो उसके जगह एक लीगलाइज हो गया होरडिंग लेकिन यही प्रोविजन है, है कि बी जे इनके होर्डिंग जो है ज्यादा होने जो है प्राइस वेगी गोरमेंट इंटरवीन कर सकती है सो जिद तक सवाल यह है कि भी असं कही है कि भी ये तो बहुता जनता नुकसान वाला होने वाला ऐसा नहीं ਜੀ 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 ਮੈਂ ਸਾਡੇ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਕਾਲਿਆ ਸਾਹਿਬ ਇਹ ਕਹਿ ਰਿਹਾ ਕਿ ਜੇ ਲਾਗੂ ਹੋ ਜਾਂਦਾ ਹਲੇ ਤੱਕ ਰੋਕ ਲੱਗੀ ਹੋਈ ਹੈ ਕਿ ਜੇ ਹੱਦ ਤੋਂ ਜ਼ਿਆਦਾ ਕੋਈ ਨੰਬਰਸ ਰੱਖੇ ਹੋਣਗੇ ਕੋਈ ਵੇਰਵੇ ਰੱਖੇ ਹੋਣਗੇ ਉਸ ਤੋਂ ਵੱਧ ਹੀ ਤਾਂ ਗਵਰਨਮੈਂਟ ਇੰਟਰਵੈਨ ਕਰ ਸਕਦੀ ਹੈ ਇਹ ਕਹਿ ਰਹੇ ਨੇ ਮਾਨਯੋ ਕਾਲਿਆ ਸਾਹਿਬ ਕਾਲਿਆ ਸਾਹਿਬ ਤੁਹਾਨੂੰ ਨਹੀਂ ਲੱਗਦਾ ਜਿਹੜਾ ਜੇ ਆ ਤਿੰਨੇ ਕਾਨੂੰਨਾਂ ਨੂੰ ਆਪਾਂ ਇੱਕ ਪਾਸੇ ਰੱਖ ਦੀ ਜੇ ਐਮਐਸਪੀ ਕਿਸਾਨਾਂ ਨੂੰ ਮਿਲਣ ਲੱਗੇ ਮਿਨੀਮਮ ਸਟੈਂਡਰਡ ਪ੍ਰਾਈਸ ਜਿਹੜੀ ਆ ਉਹ ਮਿਲਣ ਲੱਗ ਜੇ ਤੇ ਇਹ ਫਿਰ ਸਾਰਾ ਮਾਮਲਾ ਸੋਲਵ ਹੋ ਜਾਊਗਾ ਇਹ ਤੁਹਾਨੂੰ ਤੁਹਾਡੀ ਨੌਲੇਜ ਦੇ ਹਿਸਾਬ ਨਾਲ ਦੇਖੋ ਇਹ ਤਾਂ ਜਿਹੜਾ ਹੈਗਾ ਕਿ ਵੀ ਪਾਰਲੀਮੈਂਟ ਤੇ ਔਨ ਦਾ ਫਲੋਰ ਆਫ ਦਾ ਹਾਊਸ ਜੀ ਇਹ ਗੱਲ ਕਹੀ ਸੀ ਕਿ ਐਮਐਸਪੀ ਸੀ ਐਮਐਸਪੀ ਹੈ ਔਰ ਐਮਐਸਪੀ ਰਹੇਗੀ ਸੋ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਕਨਸੈਪਟ ਜਿਹੜਾ ਹੈਗਾ ਉਹ ਲਾਗੂ ਰਹੇਗਾ ਇਹ ਜੇ ਕਿਸਾਨ ਐਕਟ ਜੇ ਲਾਗੂ ਹੋ ਜਾਂਦੇ ਫਾਰਮੈਟ ਜੀ ਜੀ ਪਰ ਕਲੀ ਸਭ ਉੱਥੇ ਇੱਕ ਕੁਐਸਚਨ ਖੜਾ ਹੁੰਦਾ ਕਿ ਬਿਹਾਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਯੂਪੀ 'ਚ ਨਹੀਂ ਹੈ ਉੱਥੇ APMC ਮੰਡੀਆਂ ਵੀ ਨਹੀਂ ਹੈ ਤੇ ਜੇ ਐਕਟ ਹੁੰਦਾ ਤੇ ਜੇ ਪ੍ਰਾਈਵੇਟ ਕਾਰਪੋਰੇਟ ਹਾਊਸ ਇੱਧਰ ਪੰਜਾਬ 'ਚ ਆ ਜਾਂਦੇ ਆ ਤੇ ਫਿਰ ਉਹ ਨਾ ਜੋਗੀ ਪ੍ਰਾਈਸ ਇੱਥੇ ਮਿਲੂਗੀ ਕਿ ਕਿਸਾਨਾਂ ਨੂੰ ਦੇਖੋ ਐਸਾ ਹੈ ਕਿ ਵੀ ਜਿਹੜਾ ਜਿਹੜਾ ਮੰਡੀ ਐਕਟ ਹੈਗਾ ਜੀ ਜੀ ਉਹ ਸਟੇਟ ਦਾ ਜਿਹੜਾ ਹੈਗਾ ਕਿ ਵੀ ਸਟੇਟ ਦਾ ਡੋਮੇਨ ਹੈ ਸੋ ਇੱਥੇ ਮੰਡੀਕਰਨ ਜਿਹੜਾ ਹੈਗਾ ਔਰ ਇੱਥੇ ਪੂਰੀ ਤਰ੍ਹਾਂ ਮੰਡੀਆਂ ਪੂਰੀ ਤਰ੍ਹਾਂ ਡਵੈਲਪ ਹੋ ਗਈਆਂ ਜਿਵੇਂ ਕਹੀਏ ਪੰਜਾਬ ਦੇ ਵਿੱਚ ਤਾਂ ਇਹ ਬਿਲਕੁਲ ਠੀਕ ਹੈ ਬਾਕੀ ਜਿਹੜਾ ਪਰਦੇਸ਼ਾਂ ਦੇ ਵਿੱਚ ਮੰਡੀਕਰਨ ਦੀ ਜਿਹੜੀ ਪਾਲਿਸੀ ਹੈਗੀ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੈ ਸੋ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਐਕਟ ਜਿਹੜਾ ਹੈਗਾ ਅਬੋਲਿਸ਼ ਕਰਤਾ ਸੀਗਾ ਬਿਹਾਰ ਸਰਕਾਰ ਨੇ ਉੱਥੇ ਕੋਈ ਐਕਟ ਨਹੀਂ ਹੈਗਾ ਸੋ ਉਸ ਨਾਤੇ ਉੱਥੇ ਮੰਡੀਆਂ ਦਾ ਕਨਸੈਪਟ ਜਿਹੜਾ ਹੈਗਾ ਉਹ ਨਹੀਂ ਹੈਗਾ ਸੋ ਉਹਦੇ ਵਿੱਚ ਅਸੀਂ ਕਹੀਏ ਕਿ ਵੀ ਜਦ ਤੱਕ ਐਮਐਸਪੀ ਦਾ ਕਨੈਕਸ਼ਨ ਹੈਗਾ ਇਟ ਦੈਟ ਇਜ਼ ਅ ਮਿਨੀਮਮ ਸਪੋਰਟ ਪ੍ਰਾਈਸ ਜੀ ਸੋ ਮੰਡੀਆਂ ਦੇ ਵਿੱਚ ਜਿਹੜੀ ਹੈਗੀ ਹੈ ਅਸਲ ਪੀਦੀ ਵੇਚੀ ਜਾਂਦੀ ਹੈ ਸੋ ਉਸ ਨਾਤੇ ਜਿਹੜਾ ਹੈਗਾ ਕਿ ਵੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਹੈ ਉਹ ਜੋ ਸਿਗੀ ਪਾਲਿਸੀ ਉਹ ਰਹੇਗੀ ਔਰ ਅਗਾ ਵੀ ਲਗ ਹੋ ਜਾਏਗੀ ਜੀ 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 ਕਾਲੀਆ ਸਾਹਿਬ ਤੁਸੀਂ ਇਹ ਕਹ ਰਹੇ ਕਿ ਜਿੱਥੇ ਨਹੀਂ ਸਿਗੀ ਨਹੀਂ ਸਿਗੀ ਇੱਥੇ ਜਿੱਥੇ ਹੈਗੀ ਇਹ ਕੰਟੀਨਿਊ ਰਹੂਗੀ ਉਹ ਸਟੇ ਹਾਂ ਨਹੀਂ ਨਹੀਂ ਮੰਡੀਕਰਨ ਜਿਹੜਾ ਹੈ ਨਾ ਜੀ ਮੰਡੀਕਰਨ ਦਾ ਐਮ ਐਸ ਪੀ ਦਾ ਕੋਈ ਲੈਣਾ ਦੇਣਾ ਨਹੀਂ ਪੋਸਟੇਟ ਹੈ ਟਾ ਹੈਗਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਪਾਲਿਸੀ ਹੈਗੀ ਹੈ ਸੈਂਟਰਲ ਗਵਰਨਮੈਂਟ ਦੀ ਜੀ ਔਰ ਇਹ ਤੁਹਾਨੂੰ ਜਾਣਕਾਰੀ ਇਹ ਉਦੋਂ ਜਿਹੜਾ ਹੈਗਾ ਸਾਡੇ ਪੁਰਾਣੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਜਿਹੜਾ ਹੈਗਾ ਇਹ ਮਿਨੀਮਮ ਸਪੋਰਟ ਪ੍ਰਾਈਸ ਦਾ ਕਨਸੈਪਟ ਲੈ ਕੇ ਆਇਆ ਸੀ ਵੈਸੇ ਅਮਰੀਕਨ ਕਨਸੈਪਟ ਹੈਗਾ ਸੋ ਉਹਨਾਂ ਨੇ ਜਿਹੜਾ ਹੈਗਾ ਫਿਰ ਉਹਦੇ ਕਾਰਨ ਹੀ ਜਿਹੜਾ ਹੈ ਕਿ ਵੀ ਐਫਸੀਆਈ ਜਿਹੜਾ ਹੈਗਾ ਹੋਂਦ ਵਿੱਚ ਆਇਆ ਸੀਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਇਹ ਹੈਗਾ ਕਿ ਵੀ ਇਹ ਐਨੀ ਸਪੋਰਟ ਪ੍ਰਾਈਸ ਪੋਸ਼ਿਤ ਕੀਤੀ ਜਾਏਗੀ ਜਿਸ ਦੇ ਨਾਲ ਕਿਸਾਨ ਦਾ ਜਿਹੜਾ ਹੈਗਾ ਪਰਿਵਾਰ ਵੀ ਪਾਲ ਸਕੇ ਔਰ ਜਿਹੜੇ ਲੋਕੀ ਜਿਹੜੇ ਖਰੀਦਣ ਵਾਲੇ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਕੋਈ ਮਹਿੰਗਾ ਨਸੀਬ ਨਾ ਹੋਵੇ ਸੋ ਦੈਟ ਇਜ਼ ਕਾਲਡ ਮਿਨੀਮਮ ਸਪੋਰਟ ਪ੍ਰਾਈਸ ਸੋ ਉਸ ਨਾਲ ਤੇ ਜਿਹੜਾ ਹੈਗਾ ਮੰਡੀ ਕਰਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ 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 ਕਾਲੀਆ ਸਾਹਿਬ ਆਪਾਂ ਇਹ ਸਾਰੇ ਜਿਹੜਾ ਕਿਸਾਨ ਦਾ ਇਸ਼ੂਸ ਹੈਗਾ ਇੱਕ ਲਾਸਟ ਕੁਐਸਚਨ ਤੁਹਾਡੀ ਗੱਲਾਂ ਚ ਆ ਗਿਆ ਉਹ ਕਲੀਅਰ ਕਰਕੇ ਆਪਾਂ ਅਗਲੇ ਸੈਗਮੈਂਟ ਵੱਲ ਵਧਦੇ ਆ ਬਸ ਆਪਾਂ ਰੁਕਣਾ ਪੈ ਰਿਹਾ ਸਿਰਫ ਛੋਟੀ ਜੀ ਬ੍ਰੇਕ ਲਈ ਦਰਸ਼ਕੋ ਸਾਡਾ ਬਣੇ ਹੋਏ ਨੇ ਮਾਨਯੋਗ ਮਨੋਰੰਜਨ ਕਾਲਿਆ ਜੀ ਤੇ ਆਪਾਂ ਰੁਕਣਾ ਪਿਆ ਇੱਕ ਛੋਟੀ ਜੀ ਬ੍ਰੇਕ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਉਹਨਾਂ ਟਿਊਜ਼ਡੇ ਇਵੈਂਟਸ ਦੇ ਤਰਸਡੇ ਸ਼ਾਮ ਨੂੰ 9:00 ਵਜੇ ਪੈਸਿਫਿਕ ਟਾਈਮ ਦਰਸ਼ਕੋ ਆਪਣਨਾ ਜੁੜੇ ਹੋਏ ਨੇ ਮਾਨਯੋਗ ਮਨੋਰੰਜਨ ਕਾਲਿਆ ਜੀ ਸੀਨੀਅਰ ਬੀਜੇਪੀ ਲੀਡਰ ਕਾਲਿਆ ਸਾਹਿਬ ਉਸ ਸਾਰਾ ਜਿਹੜੇ ਸੰਦਰਭ ਚ ਆਪਾਂ ਗੱਲ ਕਰ ਰਹੇ ਸੀ ਉਸੇ ਚ ਇੱਕ ਖਦਸ਼ੇ ਨੇ ਲੋਕਾਂ ਦੇ ਉਹ ਤੁਸੀਂ ਅ ਲਾਬਰੇਟ ਕਰੋ ਵੀ ਉਹ ਕਿੱਦਾਂ ਹੋਊਗਾ ਜੇ ਮੰਨ ਲਓ ਇਹ ਤਿੰਨੋਂ ਜਿਹੜੇ ਐਕਟ ਹੈਗੇ ਇੰਪਲੀਮੈਂਟ ਹੋ ਜਾਂਦੇ ਸੁਪਰੀਮ ਕੋਰਟ ਦਾ ਜਿੱਦ ਤੱਕ ਆਡਰ ਉਸ ਤੋਂ ਬਾਅਦ ਤੇ ਹੋ ਸਕਦਾ ਜਿਹੜੇ ਪ੍ਰਾਈਵੇਟ ਕਾਰਪੋਰੇਟਸ ਨੇ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਵੀ ਉੱਪਰ ਦੇਣ 1-2 ਸਾਲ ਤੇ ਜਿਹੜਾ ਕਿਸਾਨ ਆ ਉਹਨਾਂ ਕੋਲ ਜਾ ਕੇ ਵੇਚ ਦੇਵੇ ਉਸ ਚੱਕਰ ਦੇ ਵਿੱਚ ਏਪੀਐਮਸੀ ਮੰਡੀਆਂ ਖਤਮ ਹੋਣ ਜੇ ਉਹਨਾਂ ਕੋਈ ਦੁਕਾਨ ਵਾਲੇ ਕੋਈ ਜਾਊਗਾ ਨਹੀਂ ਤਾਂ ਉਹਨਾਂ ਨੇ ਤਾਂ ਬੰਦ ਹੀ ਕਰਨੀਆਂ ਉਸ ਤੋਂ ਬਾਅਦ ਉਹ ਕੀ ਕਰਨਗੇ ਪ੍ਰਾਈਵੇਟ ਸੈਕਟਰ ਵਾਲੇ ਜੇ ਕਹਿ ਦੇਣਗੇ ਕਿ ਜੀ ਨਹੀਂ ਜੀ ਮੈਂ ਤਾਂ ਇੰਨਾ ਹੀ ਦੇਣਾ ਦੇਣਾ ਦੋ ਨੀ ਨਾ ਦੋ ਨੰਬਰ 1 ਕੁਐਸਚਨ ਇਹ ਆ ਨੰਬਰ 2 ਤੁਸੀਂ ਜ਼ਿਮੀਦਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਕਿਸਾਨ ਦਾ ਤਾਂ ਆੜਤੀਏ ਦਾ ਜਿਹੜਾ ਕਲੋਜ਼ ਰਿਸ਼ਤਾ ਹੁੰਦਾ ਅੱਧੀ ਰਾਤ ਨੂੰ ਵੀ ਜ਼ਰੂਰਤ ਪਵੇ ਬਹੁਤ ਤਰ੍ਹਾਂ ਦੀਆਂ ਜ਼ਰੂਰਤਾਂ ਪਰਵਾਰਾਂ ਚ ਆ ਜਾਂਦੀਆਂ ਨੇ ਉਹ ਫਿਰ ਉਹ ਵਿਚਾਰਾ ਕਿੱਥੇ ਜਾਊਗਾ ਕਿਉਂਕਿ ਕਾਰਪੋਰੇਟ ਹਾਊਸ ਤਾਂ ਇੱਕ ਵਾਰ ਪੇਮੈਂਟ ਕਰ ਦੇਣਗੇ ਤਾਂ ਚਲੇ ਜਾਣਗੇ ਆ ਦੋ ਕੁਐਸਚਨ ਹੈ ਜੀ ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਸਪੋਜ਼ ਕਿ ਵੀ ਜਿਹੜੇ ਮਿਨੀਮਮ ਪ੍ਰਾਈਸ ਜਿਹੜਾ ਕਨਸੈਪਟ ਹੈ ਨਾ ਸਪੀਦਾ ਜੀ ਉਹਦੇ ਉਹ ਘਟ ਜਿਹੜਾ ਹੈਗਾ ਉਹ ਖਰੀਦਣਾ ਸ਼ੁਰੂ ਕਰ ਸਕਦੇ ਆ ਪਹਿਲੀ ਗੱਲ ਤਾਂ ਉਹ ਲੀਗਲੀ ਜਿਹੜੇ ਕਾਰਪੋਰੇਟ ਹਾਊਸ ਹੈਗੇ ਆ ਉਹ ਮਿਨੀਮਮ ਜਿਹੜਾ ਹੈਗਾ ਪ੍ਰਾਈਸ ਤੇ ਖਰੀਦ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਵੀ ਆਫਸਾਲ ਇਨ ਐਗਜ਼ਿਸਟੈਂਸ ਰਣਾ ਜੇ ਇਹਨ ਕੇਸ ਐਦਾ ਕੋ ਕਰੇਗਾ ਤੇ ਗਵਰਨਮੈਂਟ ਵਿਲ ਇੰਟਰਵਿਨ ਉਹ ਜਿਹੜਾ ਹੈਗਾ ਉਸਨੇ ਦਖਲਅੰਦਾਜ਼ੀ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਪੈਰਾ ਦੇ ਗਈ ਹੈ। ਔਰ ਜਿੱਦ ਤੱਕ ਸਵਾਲ ਹੈਗਾ ਦੇਖੋ ਜ਼ਰੂਰ ਦੀ ਗੱਲ ਹੈ ਕਿਸਾਨ ਪਰ ਆ ਵਾਲਾ। ਸੋ ਇਹਨੇ ਬੈਂਕਸ ਹੈ ਇਹਨਾਂ ਕੋਈ ਸਹੂਲਤਾ ਹੈਗੀਆਂ। ਸੋ ਉਹਦੇ ਵਿੱਚ ਜਿਹੜਾ ਹੈਗਾ ਉਹ ਸਮੇਂ ਅਨੁਸਾਰ ਜਿਹੜੇ ਹੈਗੇ ਬੈਂਕਸ ਤੋਂ ਜਿਹੜਾ ਹੈਗਾ ਕੋਈ ਵੀ ਕਰਜ਼ਾ ਕਿਸੇ ਤਰ੍ਹਾਂ ਵੀ ਪਰਸਨਲ ਲੋਨ ਲੈਣਾ ਉਹ ਲੈ ਸਕਦਾ ਹੈ। ਜੀ ਜੀ ਜੀ। ਕਾਲੀਆ ਸਾਬ ਕੁਐਸਚਨ ਹੋਰ ਬਹੁਤ ਨੇ ਪਰ ਜੇ ਆਪਾਂ ਇਹਨੂੰ ਹੀ ਲੰਮਾ ਕਰਦੇ ਗਏ ਤਾਂ ਫਿਰ ਟਾਈਮ ਨਿਕਲ ਜਾਣਾ ਹੈ। ਮੈਨੂੰ ਇਹ ਦੱਸੋ ਕਿ 2022 ਬਿਲਕੁਲ ਕਿਨਾਰੇ ਤੇ ਹੈ ਕੁਝ ਮਹੀਨਿਆਂ ਦੀ ਧੀਰ ਹੈ ਭਾਰਤੀ ਜਨਤਾ ਪਾਰਟੀ ਆਪ ਦੇ ਆਪ ਨੂੰ ਪੰਜਾਬ ਦੀਆਂ 117 ਸੀਟਾਂ ਦੇ ਵਾਸਤੇ ਜਾਂ ਆਪ ਦੇ ਆਪ ਨੂੰ ਕਿੱਥੇ ਦੇਖ ਰਹੀ ਹੈ ਇਸ ਟਾਈਮ ਦੇਖੋ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤਾਂ ਪੰਜਾਬ ਯੂਨਿਟ ਦੇ ਕਾਰਜਕਰਤਾ ਹੈ ਕਿ ਸਪਨਾ ਸੀਗਾ ਕਿ ਵੀ ਅਸੀਂ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ अपनी सरकार बनाई है अपना मुख्यमंत्री हो भारतीय जनता पार्टी सो उस नाते जो एक सपना लिया पंजाब भारतीय जनता पार्टी के कार्यकर्ता ने जोड़ा है साकार होने की शुरुआत जी है और जो सवाल यह है कि भी क्योंकि अकाली दल और भारतीय जनता पार्टी का गठबंधन जरा ऐतिहासिक और परंपरागत है सो उस नाते जितक सवाल भारतीय जनता पार्टी का भारतीय जनता पार्टी ने यह गठबंधन नहीं तोड़या ਜਦ ਕੀ ਸ਼ੋਮਨੀ ਅਕਾਲੀ ਜਨ ਨੇ ਜਿਹੜਾ ਹੈਗਾ ਉਹ ਇਸ ਗਠਬੰਧਨ ਚੋਂ ਬਾਹਰ ਨਿਕਲ ਕੇ ਆਏ ਹੈ ਸੋ ਉਸ ਨਾਤੇ ਜਿੱਦ ਤੱਕ ਮੈਂ ਦਾ ਇੱਕ ਐਗਜ਼ਾਮਪਲ ਵੀ ਦੇਣਾ ਚਾਹਦਾ ਸਾਡਾ ਗੌਂਡੀ ਪਰਦੇਸ਼ ਹੈਗਾ ਹਰਿਆਣਾ ਉਹਦੇ ਵਿੱਚ 2004 ਦੇ ਵਿੱਚ ਇਹ ਨਿਰਣੈ ਕੀਤਾ ਗਿਆ ਕਿ ਜੀ ਅਸੀਂ ਕਿਸੇ ਨਾਲ ਜੁੜਾਂਗੇ ਨਹੀਂ ਔਰ ਜਿਹੜਾ ਹੈਗਾ ਕਿਸੇ ਨਾਲ ਵੀ ਲਾਇਸ ਨਹੀਂ ਕਰਾਂਗੇ ਔਰ ਜਦ ਕੀ ਹਰਿਆਣਾ ਯੂਨਿਟ ਜਿਹੜਾ ਹੈਗਾ ਪੰਜਾਬ ਦੇ ਯੂਨਿਟ ਨਾਲੋਂ ਪੰਜਾਬ ਦੇ ਭਾਜਪਾ ਯੂਨਿਟ ਨਾਲੋਂ ਪਿੱਛੇ ਸੀ ਜੀ ਤਾਂ ਇਹ ਗੱਲ ਜਿਹੜੀ ਹੈਗੀ ਹੈ 2004 ਦੇ ਵਿੱਚ ਸਾਡੀ ਪ੍ਰਦੇਸ਼ ਦੀ ਕਾਰਿਆ ਕਰਨੀ ਹੋਈ ਸੀ ਕਿ ਜਲੰਧਰ ਦੇ ਵਿੱਚ ਉਹਦੇ ਚ ਮਰਹੂਮ ਆ ਸ਼੍ਰੀ ਰਾਮ ਪਿਆਰੇ ਪਾਂਡੇ ਜੀ ਉਹਨਾਂ ਨੇ ਗੱਲ ਕਹੀ ਸੀ ਅਸੀਂ 24 ਕੈਰਟ ਸਰਕਾਰ ਜਿਹੜੀ ਹੈਗੀ ਆ ਉਹ ਬਣਾਂ ਜਾ ਰਹੇ ਆ ਨੋਬਾਡੀ ਬਲੀਵਡ ਇਟ ਔਰ ਤੁਸੀਂ ਇਹ ਦੇਖੋ ਕਿ 10 ਸਾਲਾਂ ਬਾਅਦ ਜਿਹੜੀ ਹੈਗੀ ਹੈ ਤੇ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਸਪਨਾ 2014 ਚ ਸਰਕਾਰ ਹੋ ਗਿਆ ਆਪਣੀ ਸਰਕਾਰ ਆਈ ਔਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਬਣੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਸੋ ਸੁਨਾਤੇ ਜਿਹੜਾ ਇਹ ਪਹਿਲਾ ਕਦਮ ਹੈ ਮੈਂ ਇਹ ਗੱਲ ਕਹਾਂ ਕਿ ਅਸੀਂ ਅੱਜ 2022 ਦੇ ਵਿੱਚ ਵੀ ਜਿਹੜਾ ਹੈਗਾ ਕਿ ਪ੍ਰਯਾਸ ਸਾਡੇ ਵੱਲੋਂ ਹੈ ਕਿ ਅਸੀਂ 117 ਸੀਟਾਂ ਦੇ ਉੱਤੇ ਖੜੇ ਕਰ ਰਹੇ ਹਾਂ ਆਪਣੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਤੋਂ ਅਸੀਂ ਕਲੇਮ ਕਰਦੇ ਹਾਂ ਕਿ ਸਰਕਾਰ ਜਿਹੜਾ ਹੈਗਾ ਉਹ ਅਸੀਂ ਬਣਾਉਣ ਜਾ ਰਹੇ ਹਾਂ ਲੇਕਿਨ ਸਵਾਲ ਇਹ ਹੈਗਾ ਕਿ ਜਿਹੜਾ ਕਿਹਦੀ ਸਰਕਾਰ ਬਣੇਗੀ 2022 ਦੇ ਵਿੱਚ ਇਹ ਜਿਹੜਾ ਹੈਗਾ ਵਾਹਿਗੁਰੂ ਈਸ਼ਵਰ ਜਾਣਦਾ ਹੈ ਉਹ ਫੈਸਲਾ ਉਹਨਾਂ ਨੇ ਕਰਨਾ ਸਾਡਾ ਪ੍ਰਯਾਸ ਜਿਹੜਾ ਹੈਗਾ ਉਹ ਅਸੀਂ 2022 ਦੇ ਵਿੱਚ ਜਿਹੜਾ ਹੈਗਾ ਕੋਸੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਹੈਗਾ ਬਣਾਉਣ ਦਾ ਸੰਕਲਪ ਲਿਆ ਕਾਲਿਆ ਸਾਹਿਬ ਤੁਸੀਂ ਹੁਣ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਰਿਹਾ ਆ ਕੁਐਸਚਨ ਖੜੇ ਹੋ ਜਾਂਦੇ ਆ ਕਿ ਜਦੋਂ ਇਹ ਤਿੰਨੇ ਕਾਨੂੰਨ ਆਏ ਸੀਗੇ ਅਲ ਇੰਪਲੀਮੈਂਟ ਨਹੀਂ ਹੋਏ ਸੀਗੇ ਇਹਨਾਂ ਦੀ ਗੱਲ ਚੱਲ ਰਹੀ ਸੀ ਔਰ ਫਿਰ ਆ ਵੀ ਗਏ ਉਸ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਅਲਾਈਅੰਸ ਵਿੱਚ ਰਿਹਾ ਉੱਥੇ ਮਨਿਸਟਰ ਵੀ ਰਹਿ ਬੀਬਾ ਜੀ ਪਰ ਫਿਰ ਕੋਦਮ ਯੂ ਟਰਨ ਵੱਜਾ ਤੇ ਉਹਨਾਂ ਨੇ ਉਹ ਜਿਹੜਾ ਐਲਾਈਅੰਸ ਤੋੜ ਦਿੱਤਾ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਐਸਟਰ ਹੈਗਾ ਕਿ ਭਈ ਸ਼ੋਮਨੀਆ ਕਾਲੀਦਲ ਨੇ ਜਦੋਂ 5 ਜੂਨ 2020 ਦੇ ਵਿੱਚ ਇਹ ਜਿਹੜਾ ਹੈਗਾ ਆਪਣਾ ਆਰਡੀਨੈਂਸ ਚਾਰੀ ਹੋਇਆ ਤਾਂ ਉਸ ਵਕਤ ਜਿਹੜਾ ਹੈਗਾ ਇਹਨਾਂ ਨੇ ਕਿਹਾ ਕਿ ਬਹੁਤ ਵਧੀਆ ਹੈ ਪੁਰਾ ਮੁੱਖ ਮੰਤਰੀ ਸudar prakash singh badal ji ਨੇ ਵੀ ਜਿਹੜੀ ਹੈਗੀ ਇਸ ਗੱਲ ਦੀ ਤਾਇਦ ਕੀਤੀ ਖੇਰ ਕਿਤਨਾ ਕੀਤੇ ਇਹਨਾਂ ਨੂੰ ਲੱਗਿਆ ਕਿ ਵੀ ਭਾਈ ਇਹ ਇਹ ਠੀਕ ਨਹੀਂ ਹੈ ਤੋਂ ਸਨਾਤੇ ਜਿਹੜਾ ਹੈਗਾ ਬਾਹਰ ਆਇਆ ਉਹ ਉਹ ਜਿਹੜੇ ਦੋ ਚਿੱਤੇ ਜੇ ਹੋਏ ਸੀਗੇ ਉਹ ਸਨਾਤੇ ਉਹਨਾਂ ਨੂੰ ਜਿਹੜਾ ਹੈਗਾ ਫਰਮਲੀ ਲੈਣਾ ਚਾਹੀਦਾ ਕਿਉਂਕਿ ਕੋਈ ਚੀਜ਼ਾਂ ਜਿਹੜੀਆਂ ਹੈਗੀਆਂ ਪਹਿਲਾਂ ਨਹੀਂ ਸਮਝ ਲੱਗਦੀਆਂ ਬਾਅਦ ਚ ਸਮਝ ਲੱਗ ਜਾਂਦੀਆਂ ਉਹ ਜਿੱਦਾਂ ਕਹਿੰਦੇ ਕਿ ਵੀ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਸੋ ਅਸੀਂ ਇਹ ਪੰਜਾਬ ਦੇ ਜਿਹੜੇ ਕਿਸਾਨਾਂ ਦਾ ਜਾਂ ਕੇਂਦਰ ਦੇਸ਼ ਦੇ ਕਿਸਾਨਾਂ ਦਾ ਜਿਹੜਾ ਹੈਗਾ ਹਿਤਾ ਨੂੰ ਧਿਆਨ ਚ ਰੱਖਦੇ ਆਏ ਜਿਹੜੇ ਹੈਗੇ ਐਕਸ ਲੈ ਕੇ ਆਏ ਜੀ 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 ਕਾਲੀਆ ਸਾਹਿਬ ਇੱਕ ਤੋਂ ਇੱਕ ਕੁਐਸਚਨ ਮੇਰਾ ਤੁਹਾਡੇ ਤੋਂ ਇਹ ਹੈ ਕਿ ਜਦੋਂ ਮਨయోగ ਵੱਡੇ ਬਾਦਲ ਸਾਹਿਬ ਜੀ ਮਿਨਿਸਟਰ ਸੀਗੇ ਸਦਾ ਸੁਖਵੀਰ ਸਿੰਘ ਜੀ ਚੀਫ ਮਿਨਿਸਟਰ ਡੀਪੀਸੀਐਮ ਸੀਗੇ ਤੇ ਉਹ ਉਹਨਾਂ ਤੋਂ ਬਾਅਦ ਜੇ ਕਿਸੇ ਦਾ ਨਾਮ ਲਿਆ ਜਾਂਦਾ ਸੀਗਾ ਉਹ ਤੁਸੀਂ ਸੀਗੇ ਸਿਨਿਅਰਿਟੀ ਦੇ ਹਿਸਾਬ ਨਾਲ ਤੁਸੀਂ ਸਰਕਾਰ ਚਲਾਈ ਇਕੱਠਿਆਂ ਨੇ 10 ਸਾਲ ਦੇ ਕੀ ਹਾਂਜੀ ਹਾਂਜੀ ਐਜ਼ ਅ ਸੀਨੀਅਰ ਲੀਡਰ ਤੁਹਾਡੇ ਰਿਲੇਸ਼ਨ ਪਰਸਨਲ ਲੈਵਲ ਤੇ ਵੀ ਚੰਗੇ ਹੋਣਗੇ ਇਹ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਗੱਲ ਕਰਦੇ ਸੀ ਕੋਈ ਵੀ ਤੋ ਕਹਿੰਦੇ ਸਾਡਾ ਨੋ ਮਾਸ ਦਾ ਰਿਸ਼ਤਾ ਹੈ ਉਹ ਟੁੱਟ ਗਈ ਤੇ ਕੀ ਤੁਸੀਂ ਪਰਸਨਲ ਲੈਵਲ ਤੇ ਕੋਈ ਕੀਤਾ ਕਿ ਨਹੀਂ ਯਾਰ ਆਪਾਂ ਜੋ ਹੈ ਬੈ ਕੇ ਅੱਗੇ ਇੱਕ ਸਰਕਾਰ ਵੀ ਬਣਾਉਣੀ ਆ ਆਪਾਂ ਆਪ ਦਾ ਐਲਾਈਂਸ ਨਹੀਂ ਤੋੜਨਾਗਾ ਦੇਖੋ ਸਵਾਲ ਇਹ ਹੈਗਾ ਕਿ ਸਾਡੇ ਜਦੋਂ ਅਸੀਂ ਐਲਾਈਸ ਸੀਗੇ بڑے ਸੁਖਾਵੇਂ ਰਿਸ਼ਤੇ ਸੀਗੇ ਔਰ ਇਹ ਵੀ ਜਿਹੜਾ ਹੈਗਾ ਇਤਿਹਾਸ ਸਾਖੀ ਹੈਗਾ ਕਿ ਅਸੀਂ ਅਲਾਈਅੰਸ ਦੇ ਵਿੱਚ ਰਹਿੰਦੇ ਹੋਇਆ ਗਠਬੰਦਰ ਧਰਮ ਨੇ ਬੰਦਿਆ ਹੋਇਆ ਜੋ ਕੁਝ ਪੰਜਾਬ ਦੇ ਹਿੱਤਾਂ ਦੀ ਪਹਿਰਾਦਰੀ ਪਾਰਟੀ ਦੇ ਹਿੱਤਾਂ ਦੀ ਪਹਿਰਾਦਰੀ ਜਿਹੜੀ ਹੈਗੀ ਕੀਤੀ ਜਾਵੇ ਉਹ ਪੂਰੀ ਤਰ੍ਹਾਂ ਕੀਤੀ ਵੀ ਹੈਗੀ ਹੈ ਉਹਨਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਜ਼ਿਆਦਾ ਸ਼ਹਿਰਾਂ ਦੇ ਨੂੰ ਰਿਪਰੈਜ਼ੈਂਟ ਕਰਦੀ ਸੀਗੀ ਸੋ ਉਸ ਨਾਤੇ ਜਿਹੜਾ ਹੈਗਾ ਤੁਸੀਂ ਦੇਖੋ ਕਿ ਵੀ ਬਿੱਲ ਜਦੋਂ ਬਿਜਲੀ ਦੇ ਬਿੱਲ ਵਿਧਾਨ ਦੀ ਗੱਲ ਆਈ ਜਿਹੜਾ ਹੈਗਾ ਤੇ ਅਸੀਂ ਪ੍ਰੋਟੈਸਟ ਕੀਤਾ ਔਰ ਉਹ ਸਾਰੇ ਜਿਹੜੇ ਹੈਗੇ ਆ ਜਿਹੜੇ ਰੇਟਸ ਜਿਹੜੇਗੇ ਉਹ ਵਾਪਸ ਕੀਤੇ ਗਏ ਉਸ ਨਾਤੇ ਜਿਹੜਾ ਹੈਗਾ ਇਹ ਇੱਕ ਮੈਂ ਕਹਾਂ ਕਿ ਵੀ ਸੁਖਾਵਾ ਰਿਹਾ ਹੈਗਾ ਔਰ ਬਾਕੀ ਚੀਜ਼ਾਂ ਸਵਾਲ ਹੈਗਾ ਕਿ ਕੀ ਹੈ ਉਹਨਾਂ ਦਾ ਨਿਰਣੈ ਕਿ ਵੀ ਅੱਜ ਗਠਜੰਬੰਧਨ ਜਿਹੜਾ ਹੈਗਾ ਸ਼ੋਮਨੀਆ ਕਾਲੀਦਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਅਲੱਗ-ਅਲੱਗ ਓਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਿ ਵੀ ਅਸੀਂ ਇਲੈਕਸ਼ਨ 'ਚ ਜਾ ਰਹੇ ਹਾਂ 2022 ਦੇ ਵਿੱਚ ਬਾਕੀ ਸਮੇਂ ਦੀ ਕੋਖ ਦੇ ਵਿੱਚ ਕੀ ਛੁਪਿਆ ਹੈਗਾ ਇਹ ਸਮਝ ਦੱਸੋ ਜੀ 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 ਕਾਲੇ ਸਾਹਿਬ ਤੁਸੀਂ ਕਹੋ ਸਮੇਂ ਬੜਾ ਬਲਵਾਨ ਹੈ ਆਉਣ ਵਾਲਾ ਵਕਤ ਦੱਸੇਗਾ ਹੁਣ ਇਸੇ ਸੰਦਰਭ ਦੇ ਵਿੱਚ ਕੁਐਸਚਨ ਇਹ ਖੜਾ ਹੋ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ BSP ਬਹੁਜਨ ਸਮਾਜ ਪਾਰਟੀ ਦਾ ਜਿਹੜਾ ਅਲਾਈਅੰਸ ਹੋਇਆ ਹੈ ਲੇਟਲੀ ਉਹਨੂੰ ਤੁਸੀਂ ਕਿਦਾਂ ਦੇਖ ਰਹੇ ਹੋ ਦੇਖੋ ਐਸਾ ਹੈ ਕਿ ਵੀ ਇਕਤਾ ਸ਼੍ਰੋਮਣੀ ਅਕਾਲੀ ਦਲ ਇਹ ਹੈ ਕਿ ਵੀ ਅਸੀਂ ਇਕੱਲੇ ਚੋਣ ਨਹੀਂ ਲੜ ਸਕਦੇ ਦੱਸਦਾ ਦੂਸਰੀ ਚੀਜ਼ ਹੈ ਕਿ ਵੀ ਜੇ ਤੈਨ ਦੇ ਡੂਬ ਤੇ ਕੋ ਤਿੰਨ ਕੇ ਕਾ ਸਹਾਰਾ ਉਸ ਨਾਤੇ ਜਿਹੜਾ ਹੈਗਾ ਇਹ ਤਿੰਨ ਕਾ ਜਿਹੜਾ ਹੈਗਾ ਬਚਾ ਨਹੀਂ ਸਕਦਾ ਕਿਉਂਕਿ ਜਿਹੜਾ ਬੀਐਸਪੀ ਹੈ ਐਟ ਪ੍ਰੈਜ਼ੈਂਟ ਪੰਜਾਬ ਦੇ ਵਿੱਚ ਜੀ ਦੋ ਨੇਤਾ ਸੀਗੇ ਕਿਉਂਕਿ ਪਿੱਛੇ ਜਿਹੜੇ ਹੈਗੇ ਆ ਇੱਕ ਪਵਨ ਟਿਨੂ ਹੁਣੇ ਸੀਗੇ ਇੱਕ ਅਵਨਾਸ਼ ਚੰਦਰ ਹੁਣੇ ਸੀਗੇ ਜੀ ਜੀ ਉਹ ਸ਼ੋਮਨੀ ਅਕਾਲੀ ਦਲ ਨੇ ਆਪਣੇ ਸ਼ਾਮਲ ਕਰ ਲਏ ਤਾਂ ਉਸ ਨਾਤੇ ਬੀਐਸਪੀ ਪੰਜਾਬ ਦੀ ਜਿਹੜੀ ਹੈਗੀ ਆ ਉਹ ਲੀਡਰਲੈਸ ਰਹੀ ਹੈਗੀ ਆ ਉਸ ਨਾਤੇ ਅੱਜ ਉਹਦਾ ਵੋਟ ਸ਼ੇਅਰ ਵੀ ਬਹੁਤ ਘਟਿਆ ਤੇ ਉਹਦੇ ਅਨੁਸਾਰ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਬੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਹੈ ਉਸ ਤੇ ਬੀਐਸਪੀ ਦੇ ਸਹਾਰੇ ਨਈਆ ਪਾਰ ਕਰ ਕਰ ਪਾਈ ਜੀ 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 ਕਾਲਯੂ ਸਾਹਿਬ ਇੱਕ ਇੱਥੇ ਇੱਕ ਹੋਰ ਕੁਐਸਚਨ ਖੜਾ ਹੋ ਜਾਂਦਾ ਜਦੋਂ ਤੁਸੀਂ ਸਰਕਾਰ ਦੇ ਵਿੱਚ ਸੀਗੇ ਤੁਸੀਂ ਕਰੀਬ ਕਰੀਬ 10 ਸਾਲ ਸਰਕਾਰ ਚਲਾਈ ਆ ਉਸ ਤੋਂ ਬਾਅਦ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਪਰਫਾਰਮੈਂਸ ਅੱਛੀ ਰਹੀ ਹੈ ਥੋੜਾ ਬਹੁਤ 100 ਚੋਂ 100% ਤੱਕ ਕਦੇ ਵੀ ਕੋਈ ਐਕਸਪੈਕਟੇਸ਼ਨ ਤੇ ਪੂਰਾ ਨਹੀਂ ਉਤਰਦਾ 2015 ਦੀ ਜਿਹੜੀ ਇਲੈਕਸ਼ਨ ਸੀਗੀ ਉਹ 2017 ਦੀ ਉਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਉੱਪਰ ਆ ਕੇ ਤੁਹਾਨੂੰ ਭਾਜਪਾ ਨੂੰ ਤੇ ਸ਼ੋਨ ਵੀ ਅਕਾਲੀ ਦਲ ਨੇ ਦੁਬਾਰਾ ਗਵਰਨਮੈਂਟ ਫਾਰਮ ਕਰ ਸਕਦੇ ਸੀ ਜੇ 2015 ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਬੇਅਦਬੀ ਹੋਈ ਹੈ ਉਹਦਾ ਇਨਸਾਫ ਹੋ ਨਾ ਹੁੰਦੀ ਤਾਂ ਉਹ ਵੱਡਾ ਕਰਨ ਰਿਹਾ ਦੇਖੋ ਐਸਾ ਹੈ ਕਿ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਸ ਮਾਮਲੇ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੋਮਨੀਆ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਪੱਟਪੰਦਨ ਸੀਗਾ ਜੀ ਜੀ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਲੋਕਾਂ ਨੂੰ ਜਿਹੜੇ ਪ੍ਰਯਾਸ ਕੀਤੇ ਗਏ ਕਿ ਵੀ ਸਾਰੀ ਗੱਲ ਜਿਹੜੀ ਹੈਗੀ ਹੈ ਕਿ ਵੀ ਲੱਭੀ ਜਾਏ ਕਿਹੜਾ ਔਸ਼ੂਰੂਆਰ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਕਿ ਜੋ ਨਹੀਂ ਹੋਇਆ ਤੇ ਫਿਰ ਸੀਬੀਆਈ ਨੂੰ ਕੇਸ ਜਿਹੜਾ ਹੈਗਾ ਦੇ ਦਿੱਤਾ ਸੋ ਕਿਤੇ ਨਾ ਕਿਤੇ ਜਿਹੜੀ ਪਰਸੈਪਸ਼ਨ ਹੈਗੀ ਹੈ ਉਹ ਸ਼ੋਮਨੀਆ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰਹੀ ਔਰ ਉਸ ਦਾ ਨਤੀਜਾ ਜਿਹੜਾ ਹੈਗਾ 2017 ਦੇ ਵਿੱਚ ਜਿਹੜਾ ਹੈਗਾ ਪੂਰਤ ਹੋ ਗਿਆ ਜੀ 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 ਕਾਲੀ ਸਾਬ ਨਾਟ ਓਨਲੀ ਕਿ ਅਸੀਂ ਕਿਸੇ ਵੀ ਧਰਮ ਗ੍ਰੰਥ ਦਾ ਬੇਅਦਬੀ ਹੋਵੇ ਬਹੁਤ ਮਾੜੀ ਗੱਲ ਆ ਨਿਖੇਦੀ ਕਰਦੇ ਆ ਗੱਲ ਉਹ ਹੀ ਨਹੀਂ ਸਗੀ ਦੋ ਨੌਜਵਾਨਾਂ ਦੀ ਪੁਲਿਸ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋ ਗਈ ਸੀ ਕੋਟਕਪੁਰੇ ਜਾਂ ਬਾਬਲ ਕਲਾ ਉਸ ਏਰੀਏ ਦੇ ਵਿੱਚ ਉਦੋਂ ਤੁਸੀਂ ਇਸ ਵੱਡੇ ਬੰਦ ਸਾਹਿਬ ਜਾਂ ਸੀਨੀਅਰ ਲੀਡਰਸ਼ਿਪ ਨੂੰ ਨਹੀਂ ਕਿਹਾ ਕਿ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰੀਏ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾ ਦਿਵਾਈਏ ਤਾਂ ਕਿ ਆਪਾਂ ਆਉਣ ਵਾਲਾ ਟਾਈਮ ਵੀ ਸੰਭਾਲ ਸਕੀਏ ਦੇਖੋ ਗੁਰਲਾਲ ਜੀ ਉਦੋਂ ਪੂਰੇ ਪ੍ਰਯਾਸ ਕੀਤੇ ਗਏ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਵੀ ਦੋਸ਼ਾ ਨੂੰ ਫੜਿਆ ਜਾਵੇ ਹੁਣ ਸਵਾਲ ਜਿੱਦ ਤੱਕ ਗੋਲੀ ਚੱਲੰਦਾ ਹੈਗਾ ਜੀ ਔਰ ਦੋ ਲੋਕ ਜਿਹੜੇ ਹੈਗੇ ਆ ਉਹਦੇ ਚ ਮਾਰੇ ਗਏ ਆ ਉਹ ਮੰਦ ਭਾਗਾ ਮੈਂ ਉਸ ਤੇ ਉਸ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਇਸ ਤੇ ਮੈਂ ਕਹਾਂਗਾ ਕਿ ਖੇਦ ਵੀ ਹੈ ਸਾਨੂੰ ਜੀ 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 ਕਾਲੀਆ ਸਾਹਿਬ ਤੁਹਾਡਾ ਜੀ ਜੀ ਆਹ ਸੋ ਉਸ ਲਈ ਖੇਦ ਵੀ ਹੈਗਾ ਲੇਕਿਨ ਇਹ ਹੈਗਾ ਕਿ ਭਈ ਜਦੋਂ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਕਿ ਪੁਲਿਸ ਦਾ ਕੰਮ ਹੈ ਸੋ ਮੌਕੇ ਦੇ ਉੱਤੇ ਕੀ ਵਾਪਰਿਆ ਕਿਦੇ ਕਾਰਨ ਬੋਲੀ ਚੱਲੀ ਕਿੰਨੇ ਚਲਾਈ ਹੈਗੀ ਹੈ ਠੀਕ ਹੈ ਨਾ ਜੀ ਸੋ ਉਸ ਨਾਤੇ ਜਿਹੜਾ ਹੈਗੀ ਇਨਸੀਡੈਂਟ ਇਹ ਬੰਦ ਪਾਗਾ ਸੀਗਾ ਔਰ ਇਸ ਕੱਲ ਦਾ ਕਿ ਦੋ ਲੋਕਾਂ ਦੀ ਜਾਨਾਂ ਗਈ ਹੈ ਮੈਨੂੰ ਪੂਰਾ ਖੇਤ ਹੈ ਜੀ 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 ਆਦੇ ਵਿੱਚੋਂ ਕੁਐਸਚਨ ਹੈ ਮੈਂ ਸਾਰੇ ਕਿ ਜੋ ਐਨ ਆਰ ਆਈ ਬੈਲਟ ਦੇ ਵਿੱਚ ਕੁਐਸਚਨ ਖੜੇ ਹੁੰਦੇ ਬੇਸਡ ਅਪਨ ਉਹ ਪੁੱਛ ਰਿਹਾ ਕਾਲਿਆ ਸਾਹਿਬ ਆਪਾਂ ਨੂੰ ਰੁਕਣਾ ਪਿਆ ਇੱਕ ਛੋਟੀ ਜੀ ਬ੍ਰੇਕ ਲਈ ਅਦਸ਼ਕੋ ਸਾਡਾ ਜੁੜੇ ਹੋਏ ਨੇ ਮਾਨਯੋਗ ਮਨੋਰੰਜਨ ਕਾਲਿਆ ਜੀ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਜੁੜੇ ਹੋਏ ਨੇ ਮਾਨਯੋਗ ਮਨੋਰੰਜਨ ਕਾਲੀਆ ਜੀ ਦਰਸ਼ਕੋ ਮੈਂ ਤੁਹਾਡੇ ਰੂਬਰੂ ਹਣਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9:00 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਕਾਲੀਆ ਸਾਹਿਬ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਤੁਸੀਂ ਜੋ ਹੈ ਤਿਆਰੀ ਕਰ ਰਹੇ ਹੋ 117 ਸੀਟਾਂ ਦੀ ਮੇਰਾ ਕੁਐਸਚਨ ਕਾਲੀਆ ਸਾਹਿਬ ਤੁਹਾਡੇ ਤੋਂ ਇਹ ਹੈ ਕਿ ਅੱਧ ਇਸ ਟਾਈਮ ਜੇ ਆਪਾਂ ਦੂਸਰੇ ਪਾਸੇ ਚਲੀਏ ਤਾਂ ਕਾਲਿਆ ਸਾਹਿਬ ਲੱਗਦਾ ਸਾਡਾ ਰਾਬਤਾ ਟੁੱਟ ਗਿਆ ਉਹਨਾਂ ਦੇ ਦਰਸ਼ਕ ਉਹ ਕੋਸ਼ਿਸ਼ ਕਰਦੇ ਉਹਨਾਂ ਨੂੰ ਵਾਪਸ ਲਿਆਉਣ ਦੀ ਕਾਲਿਆ ਸਾਹਿਬ ਹਲੋ ਹਾਂ ਜੀ ਹਾਂ ਜੀ ਕਾਲਿਆ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਤੁ ਆਸੀਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਦਿਨੇ ਜੋ ਵੀ ਸਾਡੇ ਮੰਚ ਤੇ ਆਉਂਦਾ ਹੈ ਤੇ ਆਪਦੀਆਂ ਭਾਵਨਾਵਾਂ ਰੱਖਦਾ ਆ ਤੁਹਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਸੀ ਉਹ ਉਸ ਪਾਸੇ ਚੱਲਦੇ ਹਨ ਪਰ ਮੈਨੂੰ ਇਹ ਦੱਸੋ ਕਿ 2017 ਦੇ ਵਿੱਚ ਆ ਕਾਂਗਰਸ ਸਰਕਾਰ ਬਣੀ ਸੀ ਤੇ ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਬੇਅਦਵੀ ਦਾ ਹੋਵੇ ਰੇਤ ਮਾਫੀਆ ਦਾ ਹੋਵੇ ਡਰੱਗਸ ਦਾ ਹੋਵੇ ਅਮਨ ਕਾਨੂੰਨ ਦਾ ਹੋਵੇ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਫੁੱਲਫਿਲ ਕੀਤੇ ਸਾਰੇ ਗੱਲ ਹੈ ਜੀ ਇਹ ਝੂਠੀਆਂ ਦੀ ਸਰਕਾਰ ਹੈ ਔਰ ਕੈਪਟਨ ਅਮਰਿੰਦਰ ਸਿੰਘ ਇਹ ਝੂਠਿਆਂ ਦਾ ਸਰਦਾਰ ਹੈ ਕਿਉਂਕਿ ਇਹਨਾਂ ਨੇ ਜਿੰਨੇ ਵੀ 2017 ਦੇ ਵਿੱਚ ਆਪਣੇ ਮੈਨੀਫੈਸਟੋ ਦੇ ਵਿੱਚ ਵਾਦੇ ਕੀਤੇ ਇੱਕ ਵੀ ਵਾਦਾ ਟਕ ਟਕਨਾ ਇੱਕ ਵੀ ਵਾਦਾ ਜਿਹੜਾ ਹੈਗਾ ਉਹ ਪੂਰਾ ਨਹੀਂ ਕੀਤਾ ਉਹਨਾਂ ਨੇ ਤੁਸੀਂ ਦੇਖੋ ਕਿ ਉਹਨਾਂ ਨੇ ਗੁਟਕਾ ਸਾਹਿਬ ਦੇ ਸ਼੍ਰੀ ਗੁਟਕਾ ਸਾਹਿਬ ਨੂੰ ਖਾਤ ਵਿਚ ਫੜ ਕੇ ਬਠਿੰਡਾ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਇਹ ਕਸਮ ਖਾਦੀ ਸੀ ਕਿ ਇਹ ਮਨ ਨਸ਼ਾ ਜਿਹੜਾ ਹੈਗਾ ਉਹ ਮੁਕਤ ਕਰ ਦਾਂਗਾ 4 ਹਫ਼ਤਿਆਂ ਚ 4 ਹਫ਼ਤਿਆਂ ਚ ਕੀ ਤੁਸੀਂ ਇਹ ਦੇਖੋ ਕਿ ਪੰਜਾਂ ਸਾਲਾਂ ਚ ਜਿਹੜਾ ਹੈਗਾ ਨਸ਼ਾ ਮੁਕਤੀ ਨਹੀਂ ਹੋਈ ਔਰ ਤੁਸੀਂ ਇਹ ਦੇਖੋ ਕਿ ਇੱਕ ਚੀਜ਼ ਹੋਰ ਮਜ਼ਾਦਾ ਹੈ ਉਹਨ ਅਖੀਰਲੇ 5 ਸਾਲ ਹੋ ਗਏ ਉਹਨ ਇਲੀਗਲ ਡਿਸਟਿਲਰੀਆਂ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਇਹਦਾ ਮਤਲਬ ਪੰਜ ਸਾਲਾਂ ਲਾਣਾ ਨੇ ਪੂਰੀ ਤਰ੍ਹਾਂ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਔਰ ਉਹਦੇ ਸਪੂਰੀਅਸ ਲਿਕਰ ਵੀ ਬਣੀ 129 ਲੋਕ ਮਾਰੇ ਗਏ ਫਿਰ ਇਹ ਹੈ ਕਿ ਜਿਹੜੀ ਇਲੀਗਲ ਡਿਸਟਿਲਰੀ ਹੈਗੀ ਆ ਉਹ ਪਟਿਆਲਾ 'ਚ ਮਿਲੀ ਉਹਨ ਪਟਿਆਲਾ ਦੇ ਨੁਮਾਇੰਦੇ ਕੌਣ ਹੈ ਕੈਪਟਨ ਅਮਿੰਦਰ ਸਿੰਘ ਗੁਣੀ ਮੁੱਖ ਮੰਤਰੀ ਵੀ ਕੈਪਟਨ ਅਮਿੰਦਰ ਸਿੰਘ ਗੁਣੀ ਹੈ ਫਿਰ ਹੋਮ ਮਿਨਿਸਟਰ ਵੀ ਆਪਣੇ ਜਿਹੜੇ ਹੈਗਾ ਉਹ ਕੈਪਟਨ ਅਮਿੰਦਰ ਸਿੰਘ ਗੁਣੀ ਹੈ ਔਰ ਇਸੇ ਤਰ੍ਹਾਂ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਹੈ ਉਹ ਵੀ ਜਿਹੜੇ ਕੈਪਟਨ ਸਾਹਿਬ ਹੈਗੇ ਹੈ ਤੋਂ ਉਦੇ ਵਿੱਚ ਤੁਸੀਂ ਅੱਜ ਤੱਕ ਸਵਾਲ ਇਹ ਹੈਗਾ ਕਿ ਜਿਹੜੇ ਬੰਦੇ ਫੜੇ दैट इज ओनली ਟਿਪ ਆਫ ਦਾ ਆਈਸਬਰਗ। ਕਿਹਾ ਉਹਨਾਂ ਨੇ ਪੈਸਾ ਖਾ ਲਿਆ ਉਹ ਵੀ ਕਾਂਗਰਸ ਨਾਲ ਲਿੰਕ ਸੀਗੇ। ਇਹਦੇ ਪਿੱਛੇ ਜਿਹੜਾ ਹੈਗਾ ਫੈਕਟਰੀ ਚਲਾਉਣ ਵਾਲਾ ਜਾਂ ਡਿਸਟ੍ਰੀ ਚਲਾਉਣ ਵਾਲਾ ਉਹਨੂੰ ਕਿਉਂ ਨਹੀਂ ਹੱਥ ਪਾਇਆ? ਫਿਰ ਇਹ ਹੈਗਾ ਕਿ ਜੇ ਇੰਨੀ ਦਰ ਚੱਲਦੀ ਰਹੀ ਉਹਨਾਂ ਨੇ ਆਪ ਮੰਨਿਆ ਕਿ ਵੀ 650 ਕਰੋੜ ਦਾ ਜਿਹੜਾ ਹੈਗਾ ਉਹ ਜਿਹੜਾ ਰੈਵਨਿਊ ਲਾਸ ਕੀਤਾ। ਕਿਹਾ ਰੈਵਨਿਊ ਜਿਹੜਾ ਹੈਗਾ ਉਹ 650 ਕਰੋੜ ਉਹੀ ਬੰਦੇ ਜਿਹੜੇ ਗ੍ਰਿਫਤਾਰ ਹੋਏ ਉਹੀ ਖਾ ਗਏ। ਇਹਦਾ ਇੰਨਾ ਖਾਣ ਦਾ ਮੁਸ਼ਕਲ ਨਹੀਂ। ਇੰਨਾ ਖਾਣ ਦਾ ਸੰਭਵ ਨਹੀਂ ਹੈਗੀ। ਤੋ ਸੁਨਾਤੇ ਜਿਹੜਾ ਪਿੱਛੇ ਕੌਣ ਸੀਗਾ ਉਹਦੇ ਬਾਰੇ ਕੋਈ ਅਤਾ ਪਤਾ ਨਹੀਂ ਹੈ that has been brushed under the carpet ਫਿਰ ਇਹ ਹੈਗਾ ਕਿ ਜਿਹੜੇ ਐਕਸਾਈਜ਼ ਐਂਡ ਟੈਕਸੇਸ਼ਨ ਦੇ ਆਫੀਸਰਸ ਉੱਥੇ ਲੱਗੇ ਹੋਏ ਆ ਇਹਦਾ ਮਤਲਬ ਕਿ ਜੇ ਉੱਥੇ ਸਾਲ ਤੋਂ ਵੱਧ ਜੇ ਆਪ ਅਡਮਿਟ ਕਰ ਰਹੇ ਕਿ ਵੀ ਉੱਥੇ ਚਲਦੀ ਸੀ ਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਐਕਸਾਈਜ਼ ਆਫਸਰ ਉੱਥੇ ਲਗਾਏ ਹੋਏ ਮੁੱਖ ਮੰਤਰੀ ਦੇ ਜਿਹੜੇ ਏਰੀਆ ਦੇ ਵਿੱਚ ਉਹਦੇ ਆਪਣੀ ਕੰਸਟੀਚੂਐਂਸੀ 'ਚ ਉਹ ਜਾਂ ਤਾਂ ਨਲਾਇਕ ਨੇ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਜਾਂ ਉਹਨਾਂ ਦੀ ਮਿਲੀ ਭਗਤ ਸੀਗੀ ਜੇ ਮਿਲੀ ਭਗਤ ਸੀਗੀ ਤੇ ਫਿਰ ਕੋਈ ਕਾਰਵਾਈ ਨਹੀਂ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘੂਣਾ ਨੇ ਔਰ ਅੱਜ ਤੱਕ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਹੁਣ ਜੇ ਤੁਸੀਂ ਕਹੋ ਜਿਹੜੇ ਲੋਕ 129 ਜਿਹੜਾ ਹੈਗਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਆ ਉਹ ਆਪਣਾ ਕਰਨਾ ਤੇ ਆਪਣਾ ਜਿਹੜਾ ਹੈਗਾ ਮਾਰੇ ਗਏ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਕੋਈ ਗੱਲ ਨਹੀਂ ਹੈਗੀ ਸੋ ਇਸ ਨਾਤੇ ਜਿਹੜਾ ਹੈਗਾ ਇਹ ਵਾਦਾ ਜਿਹੜਾ ਹੈਗਾ ਪੂਰਾ ਵਾਦਾ ਖਲਾਫੀ ਕੀਤੀ ਫਿਰ ਘਰ ਘਰ ਨੌਕਰੀ ਦੀ ਗੱਲ ਕਰੀਏ ਅੱਜ ਬੇਰੋਜ਼ਗਾਰ ਟੀਚਰ ਟੈਂਪਰੀ ਟੀਚਰਸ ਜਿਹੜੇ ਹੈਗੇ ਆ ਉਹ ਧਰਨਾ ਲਾ ਰਹੇ ਨੋਟ ਲਾਤੀਆ ਬਰਸਾਈ ਜਾਨੀ ਜੀ ਜੀ ਅਸੀਂ ਕਹੀਏ ਹਾਂਜੀ ਤੇ 25 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਸੀ ਇਹ ਫਿਰ ਵਿਹਲੇ ਕਿਉਂ ਫਿਰਦੇ ਪਏ ਆ ਜਿਹਨਾਂ ਐਮਪਲਾਈ ਚਰ ਐਡੀਟੇਸ਼ਨ ਕਰਦੇ ਪਏ ਆ ਟੈਂਪਰੇਰੀ ਜਿਹੜੇ ਹੈਗੇ ਏਮਪਲਾਈਸ ਜਿਹੜੇ ਹੈਗੇ ਆ ਉਹ ਕਿਉਂ ਐਡੀਟੇਸ਼ਨ ਕਰਦੇ ਪਏ ਹੈਗੇ ਆ ਸੋ ਇਸ ਤਰ੍ਹਾਂ ਜਿਹੜਾ ਹੈਗਾ ਬਿਲਕੁਲ ਫਿਰ ਅਨ ਇਮਪਲੋਇਮੈਂਟ ਅਲਾਉਂਸ ਦੇਣਾ ਸੀਗਾ ਪੈਨਸ਼ਨਸ ਇਨਕਰੀਜ਼ ਕਰਨੀਆਂ ਸੀਗੀਆਂ ਸ਼ਗਨ ਸੀਮ ਦਾ ਹੁਣ ਇਹਨਾਂ ਨੇ ਅਖੀਰ ਦੇ ਵਿੱਚ ਜਦੋਂ ਕਹਿੰਦੇ ਕਿ ਕਹਿੰਦੇ ਨੇ ਕਿ ਜਦੋਂ ਸ਼ਾਮ ਨੂੰ ਮੰਡੀ ਜਿਹੜੀ ਹੈਗੀ ਹੈ ਕਿ ਗੱਲੇ ਸੜੇ ਫਲ ਹੁੰਦੇ ਕਹਿੰਦੇ ਜੀ ਲੋਕ ਕਹਿੰਦੇ ਬੇਬੇ ਖਾ ਲੋ ਕਹਿੰਦੇ ਜੀ ਬਾਹਰ ਦੇ ਮੇਵੇ ਹੈਗੇ ਆ ਲੈ ਜਾਓ ਸੋ ਸੁਨਾਤੇ ਇਹਨਾਂ ਨੇ 51 ਹਜ਼ਾਰ ਬਧਾਤ ਦਾ ਸ਼ਗਨ ਸਕੀਮ ਦਾ ਕਦੋਂ ਤੋਂ 1 ਜੁਲਾਈ ਤੋਂ ਹਾਲੇ ਜੁਲਾਈ ਆਣੀ ਹੈ ਤੋਂ 1 ਜੁਲਾਈ ਤੋਂ ਬਾਅਦ ਜਿਹਨਾਂ ਦੀ ਸ਼ਾਦੀ ਹੋਣੀ ਹੈ ਉਹ 6 ਮਹੀਨਿਆਂ ਚੜਾ ਹੈਗਾ ਸਾਢੇ 4 ਸਾਲ ਦੇ ਵਿੱਚ ਜਿਹੜੇ ਸ਼ਗਨ ਸਕੀਮਾਂ ਲਈ ਬੱਚੇ ਆ ਜਿਹੜੀ ਵਿਆਹ ਹੀ ਗਈ ਆ एलिਜੀਬਲ ਸੀ ਗਿਆ ਉਹਨਾਂ ਦਾ ਤੁਸੀਂ ਦਿੱਤਾ ਨਹੀਂ ਹੋ ਤੇ ਆਪਣਾ ਵਾਦਾ ਪੂਰਾ ਨਹੀਂ ਕੀਤਾ ਹੈਗਾ ਸੋ ਜੇ ਕਰਜ਼ਾ ਦੀ ਗੱਲ ਕਹੀ ਹੈ ਕਰਜ਼ਾ 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 ਖੁਰਕੀ ਮਾਫ ਫਸਲ ਦੀ ਪੂਰੀ ਰਕਮ ਜੀ ਤੋਂ ਇਹਨਾਂ ਨੇ ਨਾਰਾ ਦਿੱਤਾ ਗਿਆ ਸੀਗਾ ਸਿਰਫ 70000 ਕਰੋੜ ਦਾੜਾਗਾ ਮਾਫ ਕਰਨ ਦੀ بجائے ਜਿਹੜਾ ਹੈਗਾ ਉਹਨਾਂ ਨੇ ਉਹਨਾਂ ਨੇ ਜਿਹੜਾ ਹੈਗਾ ਕਿ ਵੀ 4000 ਕਰੋੜ ਕਰਕੇ ਕਹਿੰਦਾ ਜੀ ਕਰਜ਼ਾ ਕਰਕੀ ਖਤਮ ਹੈਗਾ ਇੱਕ ਵੀ ਵਾਦਾ ਮਾਈਨਿੰਗ ਦਾ ਜਿਹੜਾ ਹੈ ਪਾਲਿਸੀ ਤੁਸੀਂ ਦੇਖੋ ਕਿ ਮਾਈਨਿੰਗਸ ਲਈ ਜਿਹੜਾ ਹੈਗਾ ਇਹਨਾਂ ਨੇ ਆਪਣਾ ਜਿਹੜਾ ਕੈਪਟਨ ਅਮਨਿੰਦਰ ਸਿੰਘ ਉਹਨਾਂ ਨੇ ਖੁਦ ਹੈਲੀਕਾਪਟਰ ਦੇਖਿਆ ਕਿ ਵੀ ਇਲੀਗਲ ਮਾਈਨਿੰਗ ਹੋ ਰਹੀ ਹੈਗੀ ਅਸੀਂ ਪਾਲਿਸੀ ਲੈ ਕੇ ਆਵਾਂਗੇ ਅੱਜ ਤੱਕ ਕਾਲੀਆ ਸਾਹਿਬ ਆਪਣੇ ਨਾਲ ਇੱਕ ਕੋਲਰ ਜੁੜ ਗਿਆ ਪਾ ਲੈ ਕੇ ਅੱਗੇ ਵਧਦੇ ਹਾਂ ਲੋ ਜੀ ਜੀ ਸ਼ਸ਼ੀਕਾ ਲਟਵਾਲਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਕਾਲੀਆ ਸਾਹਿਬ ਆਪਣੇ ਨਾਲ ਜੁੜੇ ਹੋਏ ਹਨ ਨਿਕੋਲਾਲ ਪਾਜੀ ਹਸਰੀ ਕਾਲ ਤੇ ਮਨਨਜਲ ਕਾਲੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਤੇ ਆਉਣ ਦਾ ਤੇ ਸਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਦਾ ਜੀ ਤੇ ਤੁਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਜੀ এডਿਕੇਸ਼ਨ ਤੇ ਇੰਡਸਟਰੀ ਦੇ ਵਾਸਤੇ ਜੀ ਜੀ ਤੇ ਜਿਸ ਹਿਸਾਬ ਨਾਲ ਜੀ ਚੀਜ਼ਾਂ ਹੁਣ ਬਦਲ ਰਹੀਆਂ ਆ ਜੀ ਸੌਫਟਵੇਅਰ ਜਾਂ ਕੰਪਿਊਟਰ ਦਾ ਯੋਗ ਆ ਰਿਹਾ ਜੀ ਸੋ ਤੁਹਾਡੀ ਇੱਕ ਸਰਕਾਰ ਦੀ ਤੁਹਾਡੀ ਸਪੈਸ਼ਲੀ ਬਹੁਤ ਵੱਡੀ ਦੇਣ ਸੀ ਜੀ ਆਪਣਾ ਆਈਟੀ ਪਾਰਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸੋਚਦੇ ਆ ਜੀ ਜੇ ਤੁਹਾਨੂੰ ਪੇਰ ਪਾਲਿਸੀ ਮੇਕਿੰਗ ਦਾ ਆਪਰਚੂਨਿਟੀ ਮਿਲਦੀ ਆ ਜੀ ਪੰਜਾਬ ਦੇ ਵਿੱਚ ਆਈਟੀ ਪਾਰਕ ਜਾਂ ਸੌਫਟਵੇਅਰ ਟੈਕਨੋਲੋਜੀ ਵਾਲ ਨੂੰ ਕਿਸ ਹਿਸਾਬ ਨਾਲ ਤਵਜੋਹ ਵਧਾਈ ਜਾ ਸਕਦੀ ਆ ਜੀ ਦੇਖੋ ਗੱਲ ਇਹ ਕਿ ਬਿਲਕੁਲ ਸਹੀ ਸਵਾਲ ਕੀਤਾ ਇਹ ਭਾਰਤੀ ਜਨਤਾ ਪਾਰਟੀ ਜੀ ਜੀ ਇਹੇ ਸਹੀ ਗੱਲ ਦੀ ਬੋਲ ਲੀ ਥੈਂਕ ਯੂ ਜੀ ਥੈਂਕ ਯੂ ਜੀ ਦੇਖੋ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਬੰਦੀ ਹੈ ਜੋ ਮੈਂ ਆਈਟੀ ਪਾਰਟ ਪਹਿਲਾਂ ਤਾਂ ਕਹਾਂਗੇ ਅਸੀਂ ਕਾਲੀਆ ਸਾਹਿਬ ਤੁਹਾਨੂੰ ਦੱਸਦਾ ਇਹ ਇਹ ਗੁਰਤੇਜ ਝਟਵਾਲ ਨੇ ਜੀ ਇਟਿਟੀ ਸਿਟੀ ਆਫ ਟ੍ਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ ਬੜੇ ਚੰਗੇ ਸੁਝਾਅ ਤੇ ਆਪ ਦਾ ਵਿਚਾਰ ਦਿੰਦੇ ਰਹਿੰਦੇ ਜੀ ਬਹੁਤ ਬਹੁਤ ਅੱਛਾ ਜੀ ਹਾਂਜੀ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਹੈਗੀ ਹੈ 2022 ਦੇ ਵਿੱਚ ਪੰਜਾਬ 'ਚ ਬੰਦੀ ਹੈ ਜਿੰਦ ਤੱਕ ਸਵਾਲ ਹੈਗਾ ਇੰਡਸਟਰੀਲਾਈਜੇਸ਼ਨ ਦਾ ਜਾਂ ਆਈਟੀ ਟੈਕਨੋਲੋਜੀ ਨੂੰ ਹੋਰ ਬੜਾਵਾ ਦੇਣ ਦਾ ਉਹ ਤਾਂ ਕਰਾਂਗੇ ਕਰਾਂਗੇ ਲੇਕਿਨ ਸਭ ਤੋਂ ਪਹਿਲਾ ਕੰਮ ਹੋਏਗਾ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਵਾਂਗੇ ਇਸ ਨੂੰ ਜਿਹੜਾ ਹੈਗਾ ਸੋ ਕਿਸਾਨਾਂ ਦੀ ਜਿਹੜੀ ਹੈਗੀ ਆ ਪੂਰੇ ਪੈਰੇਦਾਰੀ ਕਰਾਂਗੇ ਬਿਜਲੀ ਸਸਤੀ ਕਰਾਂਗੇ ਸੋ ਉਸ ਨਾਤੇ ਜਿਹੜਾ ਹੈਗਾ ਇਹ ਆਈਟੀ ਪਾਰਕਿੰਗ ਦਾ ਇੰਡਸਟਰੀਅਲਾਈਜੇਸ਼ਨ ਦਾ ਵੀ ਹੈਗਾ ਇਸ ਨੂੰ ਅਸੀਂ ਬੜਾਵਾ ਦੇ ਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਹੋਰ ਅਸੀਂ ਖੁਸ਼ਹਾਲੀ ਲੈ ਕੇ ਆਵਾਂਗੇ ਔਰ ਜਿਹੜੀ ਪੰਜਾਬ ਦੀ ਅਰਥਵਿਵਸਥਾ ਹੈ ਉਸ ਨੂੰ ਜਿਹੜਾ ਹੈਗਾ ਹੋਰ ਚੁੱਸ ਤੰਦਰੁਸਤ ਕਰਾਂਗੇ ਜੀ ਜੀ ਆਪਣੇ ਇੱਕ ਹੋਰ ਕਾਲਰ ਜੁੜ ਗਿਆ ਲੈ ਕੇ ਆ ਕੇ ਬਦਦੇ ਆ ਜੀ ਡਾਕਟਰ ਸਾਹਿਬ ਤੁਸੀਂ ਔਨ ਹੋ ਰਹੇ ਹੋ ਜੀ ਕਲਿਆ ਸਿੰਘ ਸਾਹਿਬ ਆਪਣੇ ਨਾਲ ਬਣੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਗੁਰਲਾਲ ਜੀ ਔਰ ਆਪਣਾ ਕੌਨਸਲੇਬਲ ਮਨਵੰਝਨ ਕਾਰਿਆ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਕ ਦੋ ਸਵਾਲ ਹੈਗੇ ਆ ਜੇ ਮੈਂ ਇਹਨਾਂ ਨਾਲ ਜੇ 1 ਟੂ 1 ਕਰ ਲੀਏ ਕਿ ਮੈਂ ਇਕੱਠੇ ਤੁਹਾਨੂੰ ਦੱਸ ਦਿਆਂ ਇਕੱਠੇ ਦੱਸ ਦੋ ਫਿਰ ਆਰਾਮ ਨਾਲ ਬੈ ਕੇ ਟੀਵੀ ਤੇ ਸੁਣ ਲਿਓ ਡਾਕਟਰ ਸਾਹਿਬ ਤੁਸੀਂ ਦੱਸੋ ਤੁਹਾਡੇ ਕੋਲ ਹਾਂ ਇੱਕਦਮ ਇਹ ਇੱਕ ਤਾਂ ਮੇਰਾ ਇਹ ਹੈ ਜੇ ਜੀ ਮੈਂ ਕਾਰਿਆ ਸਾਹਿਬ ਕਹਿ ਰਿਹਾ ਵੀ ਇਹਨਾਂ ਨੇ ਅਗਲੀ ਵਾਰੀ ਇਲੈਕਸ਼ਨ ਤੇ 117 ਐਮਐਲਏ ਕੜੇ ਕਰਨੇ ਬੜੀ ਅੱਛੀ ਗੱਲ ਹੈ ਹਰ ਪਾਰਟੀ ਨੂੰ ਹੱਕ ਪਰ ਜਿਵੇਂ ਹੁਣ ਪੰਜਾਬ ਚ ਮੇਨ ਜਿਹੜਾ ਵਾ ਕਿਸਾਨੀ ਦਾ ਮੁੱਦਾ ਹੈ ਕਿ ਇਹ ਤਿੰਨ ਚੀਜ਼ਾਂ ਕੀ ਦੱਸਣਗੇ ਕਿਸਾਨਾਂ ਨੂੰ ਕਿ ਉਹ ਇਹਨਾਂ ਨੂੰ ਵੋਟ ਪਾ ਦੇਣ ਕਿਉਂਕਿ ਕਿਸਾਨ ਦੇ ਫੋਰਸ ਤੋਂ ਬਿਨਾਂ ਕੋ ਜਿੱਤ ਹੋਣੀ ਨਹੀਂ ਸੋ ਇਹ ਤਿੰਨ ਚੀਜ਼ਾਂ ਮੈਨੂੰ ਦੱਸ ਦੇਣ ਜਿਹੜੇ ਉਹਨਾਂ ਦੇ ਹੱਕ ਚੋਂ ਪਰ ਦੂਜਾ ਮੇਰਾ ਸਵਾਲ ਇਹ ਹੈ ਕਿ ਮੈਂ ਇਹਨਾਂ ਨੂੰ ਸੁਣਦਾ ਸੀ ਜੋ ਇਹਨਾਂ ਨੇ ਬਿਲਜੀ ਬਹੁਤ ਦੱਸ ਰਹੇ ਆ ਮੈਂ ਇਹਨਾਂ ਨੂੰ ਪੁੱਛਣਾ ਇਹ ਬਿੱਲ ਲਿਆਉਣ ਦੀ ਲੋੜ ਕੀ ਸੀ ਪਰ ਨੰਬਰ 2 ਜਿੰਨੇ ਸਾਡੇ ਲੋਕ ਇਸ ਖੇਤੀ ਚ ਕੰਮ ਕਰਕੇ ਲੱਗੇ ਆ ਉਹ ਕਾਰਪੋਰੇਟ ਸਿਸਟਮ ਚ ਇਹਨੇ ਬੰਨਿਆਂ ਦੀ ਲੋੜ ਨਹੀਂ ਹੈ ਇੱਕ ਅਮਰੀਕਨ ਕੰਪਨੀ ਨੇ ਵਾਸ਼ਿੰਗਟਨ ਤੋਂ ਇਹ ਡਾਟਾ ਡਾਟਾ ਵਿੱਚ 40 ਲੱਖ ਬੰਦੇ ਚਾਹੀਦੇ ਆ ਇੰਡੀਆ ਦੀ ਐਗਰੀਕਲਚਰ ਕਰਨ ਨੂੰ ਮਸ਼ੀਨਾਂ ਦਾ ਇਹਨੇ ਲੋਕਾਂ ਨੂੰ ਇਹ ਇੰਡੀਆ ਚ ਕਿੱਥੇ ਐਡਜਸਟ ਕਰਨਗੇ ਮੇਰਾ ਇਹਨਾਂ ਨੂੰ ਇਹ ਸਵਾਲ ਜੀ 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 ਬਹੁਤ ਸੋਹਣਾ ਬਾਜਵਾ ਸਾਹਿਬ ਤੁਸੀਂ ਅ ਰੱਖਿਆ ਆਨਸਰ ਸੁਣੋ ਜੀ ਧੰਨਵਾਦ ਤੁਸੀਂ ਕਾਲ ਕੀਤੀ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਆਪਣਨਾ ਜੁੜੇ ਨੇ ਅਨੁਰਭਲ ਮਨੋਰੰਜਨ ਕਾਲਿਆ ਜੀ ਬਹੁਤ ਸੋਹਣਾ ਕੁਐਸਚਨ ਜਿਹੜੇ ਰਿਸਪੌਂਸਿੰਗ ਬਾਜਵਾ ਜੀ ਨੇ ਕੀਤੇ ਕਾਲਿਆ ਸਾਹਿਬ ਉਹਨਾਂ ਦੇ ਕੁਐਸਚਨ ਦੋਨੋਂ ਤੁਹਾਨੂੰ ਸੁਣ ਗਏ ਜੀ ਤੁਸੀਂ ਉਹਨਾਂ ਤੇ ਆਨਸਰ ਦਵੋਗੇ ਕਿ ਰਿਪੀਟ ਕਰਾਂ ਕੁਐਸਚਨਸ 아니 ਕੋਈ ਨਹੀਂ ਤੁਸੀਂ ਰਿਪੀਟ ਕਰ ਦੇ ਕੋਈ ਹੇ ਕਾਲੀਆ ਸਾਹਿਬ ਉਹਨਾਂ ਦਾ ਪਹਿਲਾ ਕੁਐਸਚਨ ਇਹ ਸੀਗਾ ਕਿ ਕਿਸਾਨਾ ਕੋਲ 2022 ਦਾ ਜਦੋਂ ਇਲੈਕਸ਼ਨ ਹੋਊਗਾ ਤੁਸੀਂ ਐਜ਼ ਅ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੀ ਲੈ ਕੇ ਜਾਓਗੇ ਉਹਨਾਂ ਨੂੰ ਕੀ ਦੱਸੋਗੇ ਕਿ ਅਸੀਂ ਐਨਐਚਆਰ ਉੱਥੇ ਦਿੱਲੀ ਬੈਠੇ ਰਹੇ ਜਾਂ ਆ ਕਾਨੂੰਨ ਤੁਹਾਡੇ ਸਹੀ ਆ ਜਾਂ ਗਲਤ ਆ ਫੇਵਰ ਚ ਨਹੀਂ ਤੇ ਦੂਸਰਾ ਉਹਨਾਂ ਦਾ ਕੁਐਸਚਨ ਸੀਗਾ ਜੀ ਜਿਹੜਾ ਅ ਅ ਇੰਨੀ ਜਿਹੜੀ ਲੇਬਰ ਆ ਲੇਬਰ ਚਾਹੀਦੀ ਉਹਨਾਂ ਨੂੰ ਜਿਹੜੀ ਲੇਬਰ ਅਮਰੀਕਨ ਕੰਪਨੀ ਦੇ ਸਾਹਮਣੇ ਇੰਡੀਆ ਸਾਹਮਣੇ ਕਿੰਦੇ ਮਸ਼ੀਨੀਆਂ ਦਾ ਜਿਹੜਾ ਮਸ਼ੀਨਾਂ ਦਾ ਯੁੱਗ ਆ ਚੁੱਕਾ ਬਹੁਤ ਥੋੜੇ ਬੰਦੇ ਬਾਕੀ ਦੀ ਲੇਬਰ ਕਿੱਥੇ ਅਡਜਸਟ ਕਰਾਓ ਦੇਖੋ ਉਹਨਾਂ ਨੇ ਕਿਹਾ ਪਹਿਲਾਂ ਕਿ ਵੀ ਲੋਡ ਕੀ ਸੀਗੀ ਜਿਹੜੀ ਗੱਲ ਉਹਨਾਂ ਨੇ ਸਪੈਸ਼ਲੀ ਕਹੀ ਹੈਗੀ ਹੈ ਡਾਕਟਰ ਜੀ ਜੀ ਸੋ ਸਵਾਲ ਇਹ ਹੈਗਾ ਕਿ ਜਦੋਂ ਵੀ ਕੋਈ ਚੀਜ਼ ਨਵੀਂ ਆਂਦੀ ਦੁਨੀਆ ਦੇ ਵਿੱਚ ਤਾਂ ਪਹਿਲੀ ਵਾਰੀ ਸਮਝ ਨਹੀਂ ਆਂਦੀ ਹੁਣ ਇਹ ਜਿੰਨੇ ਐਕਸ ਆਏ ਇਹ ਕਿਸਾਨਾਂ ਦੇ ਹਿਤਾ ਲਈ ਆਏ ਤੁਸੀਂ ਇਹ ਦੇਖੋ ਜਦੋਂ आईटी डिपार्टमेंट बनाया गया जी उधो वाजपी सरकार सी उधो भी विरोध होया बैंक का दे विरोध होया इवन कंप्यूटराइजेशन ते भी जेड़ा हैगा ਤੁਸੀਂ ਦੇਖੋਗੇ ਜਦੋਂ ਕੰਪਿਊਟਰ ਪਹਿਲਾਂ ਪਹਿਲਾਂ ਆਪਣੇ ਸਵਰਗੀ ਅਰਜੀਵ ਗਾਂਧੀ ਜੀ ਨੇ ਲੈ ਕੇ ਆਏ ਤੇ ਉਦੋਂ ਪੋਮਨਿਸਪਰਾ ਕਹਿੰਦੇ ਹੁੰਦੇ ਸੀਗੇ ਜੀ ਇੰਨੀ এমਪਲੋਇਮੈਂਟ ਅਨਪਲੋਇਮੈਂਟ ਹੋ ਜਾਏਗਾ ਐਨਾ ਕੁ ਜਿਹੜਾ ਹੈਗਾ ਬੈਂਕਾਂ ਦਾ ਜਿਹੜਾ ਹੈਗਾ ਜੀ ਇਹ ਆਪਣੀਆਂ ਨੌਕਰੀਆਂ ਚਲ ਜਾਣਗੀਆਂ ਅਜਰ ਤਕਸੀਮਾ ਲਾ ਕੇ ਕਰਦੇ ਸੀਗੇ ਠੀਕ ਹੈ ਨਾ ਜੀ ਫਿਰ ਅੱਜ ਕੰਪਿਊਟਰਾਈਜੇਸ਼ਨ ਜਿਹੜੀ ਹੈਗੀ ਹੈ ਉਹਦਾ ਲਾਭ ਹੋਇਆ ਨਾ ਸਮਾਰਟ ਦੇਸ਼ੋਂ ਲਾਭ ਹੋਇਆ ਮੈਂ ਪੁਰਾਣੀ ਗੱਲ ਕਰ ਰਿਹਾ ਜਦੋਂ ਭਾਖੜਾ ਡੈਮ ਬਣਿਆ ਸੀਗਾ ਤੇ ਉਦੋਂ ਜਿਹੜਾ ਹੈਗਾ ਕਿ ਇਸ ਗੱਲ ਦਾ ਪ੍ਰੋਟੈਸਟ ਹੁੰਦਾ ਸੀਗਾ ਕਿ ਪਾਣੀ ਜਿਹੜਾ ਪੋਕਾ ਹੁਣ ਸਬਜ਼ੀਆਂ ਜਿਹੜੀ ਆ ਪੋਕੀ ਆ ਤਾਕਤ ਨਹੀਂ ਰਹੀ ਐ ਇਹ ਬੜੀ ਤੇਰ ਜਿਹੜਾ ਦੁਸ਼ ਪ੍ਰਚਾਰ ਚੱਲਦਾ ਰਿਹਾ ਕੰਮਿਊਨਿਸਟ ਭਾਵਾਂ ਵੱਲੋਂ ਚੱਲਿਆ ਕਿ ਜੀ ਇਹ ਚੋਂ ਬਿਜਲੀ ਕੱਢ ਲਈ ਪਾਣੀ ਚੋਂ ਤਾਂ ਪੋਕਾ ਪਾਣੀ ਐ ਸੋ ਉਹਦੇ ਬਾਅਦ ਕੇ ਭਾਈ ਇਹ ਚੋਂ ਬਿਜਲੀ ਨਹੀਂ ਨਿਕਲਦੀ ਇਹਦੇ ਨਾਲ ਬਿਜਲੀ ਬੰਦੀ ਐ ਠੀਕ ਹੈ ਨਾ ਜੀ ਸੋ ਉਸ ਨਾਤੇ ਜਿਹੜੇ ਐਕਸ ਆਏ ਹੈਗੇ ਆ ਇਹ ਫਾਰਮੈਕਸੇ ਕਿਸਾਨਾਂ ਦੀ ਬਿਹਤਰੀ ਲਈ ਆਏ ਹੈਗੇ ਆ ਸੋ ਕਹਿੰਦਾ ਨਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਸੋ ਆਉਣ ਵਾਲੇ ਸਮੇਂ ਜਦੋਂ ਲਾਗੂ ਹੁੰਦੇ ਆ ਉਹਦੇ ਬਾਅਦ ਇਹ ਕਿਸਾਨਾਂ ਨੂੰ ਲਾਹੇਬੰਦ ਹੋਏਗਾ ਇਹ ਜਦੋਂ ਚੀਜ਼ ਆਏਗੀ ਸਾਹਮਣੇ ਫੇਰੀ ਪਤਾ ਲੱਗੇਗਾ ਨਾ ਔਰ ਇਸ ਗੱਲ ਦਾ ਕਿ ਵੀ ਜੇ ਸੁਪੋਜ਼ ਮੈਂ ਕਹਨਾ ਕਿ ਵੀ ਨੁਕਸਾਨ ਦੇ ਹੈਗੇ ਆ ਜੀ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਕੌਣ ਬਣਾਉਂਦਾ ਆ ਆਵਾਮ ਬਣਾਉਂਦੀ ਆ ਨਾ ਕਿਸਾਨ ਭਰਾ ਬਣਾਉਂਦੇ ਹੈਗੇ ਆ ਤੇ ਤੁਸੀਂ ਉਦੋਂ ਨਿਰਣੇ ਲੈ ਸਕਦੇ ਹੋ ਹੈਗੇ ਆ ਕਿ ਭਾਈ ਇਹ ਠੀਕ ਨਹੀਂ ਸੀਗਾ ਤੇ ਫਿਰ ਇਹ ਪਾਰਟੀ ਵੀ ਠੀਕ ਨਹੀਂ ਹੈਗੀ ਸੋ ਇਸ ਗੱਲ ਜਿਹੜਾ ਹੈ ਨਾ ਖਦਸ਼ਾ ਇਹ ਆਫਟਰ ਆਲ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਜੇ ਕਹੀਏ ਭਾਰਤੀ ਜਨਤਾ ਪਾਰਟੀ ਰਾਜਨੀਤੀ ਕਰਨੀ ਹੈ ਤਾਂ ਰਾਜਨੀਤੀ ਜਿਹੜੀ ਹੈਗੀ ਕਿਸਾਨ ਭਰਾਵਾਂ ਨੂੰ ਨਾਲ ਲੈ ਕੇ ਕੀਤੀ ਜਾ ਸਕਦੀ ਹੈ ਸੋ ਉਹਨਾਂ ਦੇ ਸੋਚ ਸਮਝ ਕੇ ਉਹਨਾਂ ਦੀ ਹਿੱਤਾਂ ਦੀ ਪਹਿਰੇਦਾਰੀ ਲਈ ਜਿਹੜੇ ਹੈਗੇ ਐਕਸਾਈ ਹੈਗੇ ਆ ਹੁਣ ਸਵਾਲ ਇਹ ਹੈ ਜੀ ਅਨਪਲੋਇਮੈਂਟ ਹੋ ਜੂਗੀ ਇਹਨੇ 40% ਕਿਸਾਨ ਰਹਿ ਜਾਣਗੇ ਇਹੀ ਗੱਲ ਮੈਂ ਕਹਿੰਦਾ ਜਦੋਂ ਆਈਟੀ ਦਾ ਆਇਆ ਸੀਗਾ ਜਾਂ ਕੰਪਿਊਟਰਸ ਆਏ ਸੀਗੇ ਉਦੋਂ ਵੀ ਇਹ ਆਰਗੂਮੈਂਟ ਹੁੰਦਾ ਸੀਗਾ ਤੇ ਉਹਦੇ ਬਾਅਦ ਹੁੰਦਾ ਸੀ ਕਿ ਅਨਪਲੋਇਮੈਂਟ ਜਿਹੜੀ ਹੈਗੀ ਆ ਉਹ ਵਧੇਗੀ ਜੀ ਉਥੇ ਜਿਹੜੇ ਹੈਗੇ ਵਿਲੇ ਹੋ ਜਾਣਗੇ ਜੀ ਇਹ ਕਿ ਦੁਸ਼ ਪ੍ਰਚਾਰ ਹੈ ਫਿਰ ਕਿਤਨਾ ਕਿਤੇ ਜਿਹੜੀ ਹੈਗੀ ਆ ਉਹ ਟੈਕਨੋਲੋਜੀ ਦੇ ਆਉਣ ਦੇ ਨਾਲ ਹੁਣ ਇਸੇ ਤਰ੍ਹਾਂ ਟਰਬਾਈਨਸ ਆਈਆਂ ਜਿਹੜੀ ਹੈਗੀਆਂ ਆਪਣਾ ਹਾਰਵੈਸਟਿੰਗ ਜਿਹੜੀਆਂ ਮਸ਼ੀਨਸ ਆਈਆਂ ਤੇ ਫਿਰ ਇਹ ਵੀ ਆਉਂਦੀਆਂ ਜੇ ਦੇਖੋ ਜੀ ਅਨਪਲੋਇਮੈਂਟ ਹੋ ਗਈ ਜੀ ਤੋਂ ਇਸ ਨਾਤੇ ਜਿਹੜਾ ਹੈਗਾ ਅੱਜ ਆਪਾਂ ਇਸ ਗੱਲ ਨੂੰ ਆਰਗੂਮੈਂਟ ਦੇਣਾ ਕਿ ਵੀ ਐਨੇ ਵਿਲੇ ਹੋ ਜਾਣਗੇ ਇਹ ਵਿਲੇ ਨਹੀਂ ਹੋਣੇ ਕਿਤਨਾ ਕਿਤੇ ਹੋਰ ਐਡਜਸਟਮੈਂਟ ਹੋ ਜਾਂਦੀ ਹੈ ਹੋਰ ਜਿਹੜੀ ਹੈਗੀ ਹੈ ਟੈਕਨੋਲੋਜੀ ਬੇਸ ਦੇ ਉੱਤੇ ਬੰਦਾ ਪੋਰ ਵੱਧ ਕਰਨਾ ਸ਼ੁਰੂ ਹੋ ਜਾਂਦਾ ਹੈਗਾ ਸੋ ਇਸ ਲਈ ਜਿਹੜਾ ਹੈਗਾ ਸਾਨੂੰ ਇਸ ਘਬਰਾਹਟ ਨਹੀਂ ਚਾਹੀਦੀ ਕਿ ਵੀ ਲੋਡ ਕੀ ਸੀਗੀ ਲੋਡ ਹੈਗੀ ਹੈ ਲੋਡ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਹੇਬੰਦੀ ਪ੍ਰੂਫ ਹੋਣਗੇ ਜੀ 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 ਕਾਲੀਆ ਸਾਹਿਬ ਇਹ ਗੱਲ ਤਾਂ ਹੋ ਗਈਆਂ ਹੁਣ ਆਪਾਂ ਹੋਣੇ ਜੀ ਤੁਹਾਡੇ ਫਿਊਚਰ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ 2-4 ਮਹੀਨੇ 6 ਮਹੀਨੇ ਰਹਿ ਗਿਆ ਹੈ ਕੋਡ ਆਫ ਕੰਡਕਟ ਲੱਗ ਜੂਗਾ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਅੱਗੇ ਲੈ ਕੇ ਜਾ ਰਹੇ ਹੋ ਦੇਖੋ ਐਸਾ ਹੈਗਾ ਇਹ ਪਾਰਟੀ ਦੀ ਇੱਕ ਪਾਲਿਸੀ ਹੁੰਦੀ ਹੈ ਕਈ ਵਾਰੀ ਤਾਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਡਿਕਲੇਅਰ ਕਰਦੇ ਆਂ ਕਈ ਵਾਰੀ ਨਹੀਂ ਡਿਕਲੇਅਰ ਕਰਦੇ ਹੁਣ ਜਦੋਂ 2014 ਦੇ ਵਿੱਚ ਆਪਣਾ ਇਹ ਹਰਿਆਣਾ ਚ ਚੋਣ ਹੋਏ ਹੈਗੇ ਆ ਉਦੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਡਿਕਲੇਅਰ ਕੀਤਾ ਬਾਅਦ ਚ ਆ ਗਿਆ ਜੀ ਜੀ ਤੋਂ ਇਸੇ ਤਰ੍ਹਾਂ ਯੂਪੀ ਦੇ ਵਿੱਚ ਵੀ ਜਦੋਂ ਚੋਣ ਹੋਏ ਆਪਣੇ ਨਾਲ ਕਾਲਰ ਜੁੜ ਕੇ ਲੈ ਕੇ ਆਜਾ ਹਾਂਜੀ 1 ਮਿੰਟ 1 ਮਿੰਟ ਜੀ ਤੁਸੀਂ ਔਨ 에ਰ ਹੋ ਸੁਕ੍ਰਿਸ਼ਨ ਜੀ ਤੁਸੀਂ ਔਨ 에ਰ ਹੋ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਸ ਠੀਕ ਹੈ ਜੀ ਕਾਲੀਆ ਕਾਲੀਆ ਸਾਹਿਬ ਨਾਲ ਜੁੜੇ ਹੋਏ ਆ ਲੋ ਬਹੁਤ ਜਿਆ ਤੁਸੀਂ ਬਹੁਤ ਜਿਆ ਕੰਮ ਕਰਦੇ ਆ ਬਹੁਤ ਜਿਆ ਬੁਲਾਰੇ ਲੈ ਕੇ ਆਉਂਦੇ ਆ ਇਹ ਬੜੇ ਸੀਨੀਅਰ ਲੀਡਰ ਆ ਬੀਜੇਪੀ ਦੇ ਜੀ ਪਰ ਮੈਂ ਕੋ ਅਕਰ ਆਪ ਜਣਾ ਸੀ ਵੀ ਆ ਤੂੰ ਪਹਿਲਾਂ ਤੁਹਾਡੇ ਦਾ ਸੁਣ ਜਾਂਦਾ ਸੀ ਕਾਲੀ ਦਲ ਦਾ ਬੀਜੇਪੀ ਦਾ ਹੁਣ ਬੀਐਸਪੀ ਹੋਵੇ ਤੁਸੀਂ ਪੁੱਛ ਲੈ ਕੋਈ ਅਕਰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਕ੍ਰਿਸ਼ੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ। ਥੈਂਕ ਯੂ ਜੀ। ਜੀ ਕਾਲੀਅਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਦਾ ਚਿਹਰੇ ਦੀ ਤੁਸੀਂ ਕਿ ਹਰਿਆਣੇ ਚ ਉਦੋਂ ਡਿਸਾਈਡ ਨਹੀਂ ਸੀਗਾ। ਸੋ ਤੁਸੀਂ ਇਹ ਲੈ ਕੇ ਚੱਲ ਰਹੇ ਕਿ ਜਦੋਂ ਪਾਰਟੀ ਜਿੱਤ ਹਾਸਲ ਕਰੇਗੀ ਉਦੋਂ ਫਿਰ ਡਿਸਾਈਡ ਕਰ ਲਿਆ ਜਾਊਗਾ। ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ। ਇਹ ਪਾਲਿਸੀ ਹਲੇ ਨਹੀਂ ਗੱਲ ਹੈ ਗੁਲਾਲ ਜੀ ਹਲੇ ਪਾਲਿਸੀ ਮੈਟਰ ਤੈ ਨਹੀਂ ਕੀਤਾ ਕਿਹੜਾ ਚਿਹਰਾ ਹੋਏਗਾ। ਹੋ ਸਕਦਾ ਨਾਂ ਵੀ ਦੱਸਣ। ਐਸਾ ਤਾਂ ਨਹੀਂ ਕਿਉਂਕਿ ਬਥੇਰੀ ਜਗ੍ਹਾ ਪਾਲਿਸੀ ਮੈਟਰ ਹੁੰਦਾ ਕਈ ਵਾਰੀ ਅਸੀਂ ਜਿਹੜਾ ਹੈਗਾ ਚਿਹਰਾ ਸਾਹਮਣੇ ਲਿਆਉਣੇ ਕਿ ਬਈ ਨਹੀਂ ਆਂਦੇ ਹਰ ਇੱਕ ਪਾਰਟੀ ਐਸੇ ਇਸ ਪਾਲਿਸੀ ਦੇ ਫਾਲੋ ਕਰਦੀ ਜੀ 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 ਆ ਕਾਲੀਆ ਸਾਹਿਬ ਆਮ ਆਦਮੀ ਪਾਰਟੀ ਦੀ ਗੱਲ ਕਰੀਆ ਪਾ ਕਾਂਗਰਸ ਦੀ ਕਰ ਰਹੀ ਹੈ ਉਹ ਜੋ ਕਰਨੀ ਆ ਉਹ ਨਾਲ ਵਕਤ ਦੱਸੂਗਾ ਬੜੇ ਜ਼ੋਰ ਸ਼ੋਰ ਨਾਲ ਉਹ 2017 ਚ ਉਤਰੇ ਸੀ ਜਿੱਤੇ ਵੀ ਉਹ ਜਿੰਨੇ ਵੀ 15 17 ਉਸ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਜਿੱਦਾਂ ਪੰਜਾਬੀ ਚ ਕਹੀਏ ਤਾਂ ਖਖੜੀਆਂ ਕਰੇ ਲੇ ਬਹੁਤ ਛੇਤੀਆਂ ਹੋਏ ਹੋ ਤੇ ਹੁਣ ਉਹ ਫਿਰ ਜੋੜ ਫੜ ਰਹੇ ਆ ਤੇ ਦਾਵਾ ਇਹ ਆ ਕਿ ਵਸੀ ਜੀ 80 80 90 ਦੀਆਂ ਸੀਟਾਂ ਲੈ ਕੇ ਅੱਗੇ ਵਧਾਂਗੇ ਆ ਤੁਹਾਨੂੰ ਕੀ ਲੱਗਦਾ ਕਿਥੇ ਐਕਸਟੈਂਡ ਕਰ ਰਿਹਾ ਇਸ ਟਾਈਮ ਤੁਹਾਡੀ ਨਿਗਾਹ ਦੇ ਅਨਸਾਰ ਦੇਖੋ ਆਮ ਆਦਮੀ ਪਾਰਟੀ ਜਿਹੜੀ ਨਾ ਤਿੱਲੇ ਤਿੱਲੇ ਹੋ ਚੁੱਕੀ ਦੀ ਹੈ ਕਿਉਂਕਿ 2017 ਦੇ ਵਿੱਚ ਵੀ ਕਲੇਮ ਕਰਦੇ ਸੀਗੇ ਠੀਕ ਹੈ ਜੀ ਔਰ ਲੋਕਾਂ ਨੇ ਵਿਸ਼ਵਾਸ ਨਹੀਂ ਵਿਅਕਤ ਕੀਤਾ ਹੈਗਾ ਉਹਨਾਂ ਦੇ ਤਾਂ ਸਵਾਲ ਹੀ ਹੈਗਾ ਕਿ ਪਹਿਲਾਂ ਤਾਂ ਉੱਥੇ ਚਾਰ ਪੰਜ ਮੁੱਖ ਮੰਤਰੀ ਤਾਂ ਪਹਿਲੇ ਐਗਜ਼ਿਸਟ ਕਰਦੇ ਹੈਗੇ ਆ ਸੋ ਸੁਣਾਤੇ ਉਹਨਾਂ ਦੀ ਲੜਾਈ ਜਿਹੜੀ ਹੈਗੀ ਨਾ ਉਹਦੀ ਆਪਸੀ ਬਹੁਤ ਲੜਾਈ ਆ ਔਰ ਜਨਤਾ ਜਿਹੜੀ ਹੈਗੀ ਹੈ ਉਹ ਸਿਆਣੀ ਆ ਪਬਲਿਕ ਜਾਣਦੀ ਹੈ ਸੋ ਉਹਨਾਂ ਦੀ ਵਿਸ਼ਵਾਸਨੀਤਾ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਖੋ ਚੁੱਕੀ ਦੀ ਹੈ ਅੱਜ ਵੀ ਤੁਸੀਂ ਕੋ ਆਪੋਜੀਸ਼ਨ ਦੇ ਵਿੱਚ ਵੀ ਜਿਹੜਾ ਹੈਗਾ ਕਈ ਵਾਰੀ ਇਹਨਾਂ ਦੇ ਟੋਟੇ ਹੋਏ ਉਹਨੇ ਖੈਰਾ ਹਉਣੀ ਸੁਖਪਾਲ ਖੈਰਾ ਹਉਣੀ ਪਹਿਲਾਂ ਉੱਥੇ ਗਏ ਆਪਣਾ ਆਮ ਆਦਮੀ ਪਾਰਟੀ 'ਚ ਗਏ ਫਿਰ ਉਹਨੂੰ ਛੱਡ ਗਏ ਫਿਰ ਜਿਹੜਾ ਹੈਗਾ ਯੂਪੀਏ ਲੀਡਰ ਆਫ ਦਾ ਆਪੋਜੀਸ਼ਨ ਸੀਗੇ ਫੇਰੇ ਕਾਂਗਰਸ ਵਾਪਸ ਚਲੇ ਗਏ ਸੋ ਉੱਥੇ ਜਿਹੜਾ ਹੈਗਾ ਜੀ ਇੱਕ ਬੈਕਵਾਂ ਕੇ ਵੀ ਮੌਕਾ ਪ੍ਰਸਤੀ ਦਾ ਟੋਲਾ ਹੈਗਾ ਇਹ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਜੀ 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 ਕਾਲੀਆ ਸਾਹਿਬ ਪਰਮਾਤਮਾ ਕਰੇ ਜੋ ਤੁਹਾਡੇ ਪਲਾਨਸ ਨੇ ਤੁਸੀਂ ਪੂਰੇ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੀ ਤੁਸੀਂ ਅੱਜ ਇਸ ਮੰਚ ਤੋਂ ਕਹਿ ਸਕਦੇ ਹੋ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਆ ਉਹ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਅਸੀਂ ਜਿਹੜਾ ਰੇਤ ਰੇਤ ਮਾਫੀਆ ਦਾ ਜਿਹੜਾ ਕੰਮ ਚੱਲ ਰਿਹਾ ਉਹਤੇ ਕੰਮ ਕਰਾਂਗੇ ਵੱਡੀ ਪ੍ਰੋਬਲਮ ਕਾਲੀਆ ਸਾਹਿਬ ਤੁਸੀਂ ساری ਉਮਰ ਪੰਜਾਬ ਚ ਗੱਡੀ ਆ ਜੋ ਡਰੱਗਸ ਦੇ ਨੌਜਵਾਨ ਡਰੱਗਸ ਦੇ ਚਪੇਟ ਦੇ ਵਿੱਚ ਆ ਰਹੇ ਹੋ ਕਿ ਤੁਸੀਂ ਇਹਨਾਂ ਤਿੰਨਾਂ ਮੁੱਦਿਆਂ ਤੇ ਕੋਈ ਠੋਸ ਜਿਹੜਾ ਹੈਗਾ ਆ ਪ੍ਰਣਾਲੀ ਲੈ ਕੇ ਅੱਗੇ ਵਧ ਰਹੇ ਹੋ ਗੱਲ ਇਹ ਹੈਗਾ ਕਿ ਵੀ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਜੋ ਵੀ ਗੱਲ ਕਹੇਗੀ ਉੱਤੇ ਵਿਸ਼ਵਾਸ ਹੈ ਕਿਉਂਕਿ ਨਾ ਤਾਂ ਅਜ ਕਾਂਗਰਸ 'ਤੇ ਵਿਸ਼ਵਾਸ ਹੈ ਨਾ ਅਕਾਲੀ 'ਤੇ ਵਿਸ਼ਵਾਸ ਅਸੀਂ ਨਸ਼ਾ ਨਸ਼ਾ ਮੁਕਤੀ ਜਿਹੜਾ ਹੈਗਾ ਕਰਾਂਗੇ ਜਿਹੜਾ ਜਿਹੜਾ ਹੈਗਾ ਸੈਂਡ ਮਾਫੀਆ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਪੂਰੀ ਤਰ੍ਹਾਂ ਨੱਥ ਪਾਵਾਂਗੇ ਕਿ ਦੇਸ਼ ਜਿਹੜਾ ਰੈਵਨਿਊ ਹੈਗਾ ਸਟੇਟ ਦਾ ਉਹ ਸਟੇਟ ਦਾ ਰੈਵਨਿਊ ਜਿਹੜਾ ਹੈਗਾ ਉਸ ਨੂੰ ਮਿਲੇ ਜਿਹੜਾ ਹੈਗਾ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇੱਕ ਵੀ ਅਸੀਂ এমਪਲॉयमेंट ਵੀ ਜਨਰੇਟ ਹੋਵੇ ਜਿਹੜੇ ਦੋਸ਼ੀ ਹੈਗੇ ਆ ਇਹਦੇ ਆਪਣਾ ਬੇਅਦਵੀ ਦੇਜ ਰਹੇਗਾ ਤੇ ਜਿਹੜੇ ਦੋਸ਼ੀ ਕੌਣ ਹੈਗੇ ਆ ਠੀਕ ਹੈ ਨਾ ਜੀ ਸੋ ਉਹਨਾਂ ਨੂੰ ਵੀ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਵੀ ਲੋਆ ਦਵਾਵਾਂਗੇ ਜੀ 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 ਕੱਲੀ ਸਰ ਪ੍ਰਵਾਸ ਦਾ ਜਿਹੜਾ ਇਸ਼ੂ ਹੈ ਪੰਜਾਬ ਸਟੇਟ ਦੀ ਗੱਲ ਕਰਦੇ ਆਂ ਆਪਾਂ ਉਸ ਤੋਂ ਬਾਅਦ ਫੇਰ ਕਰਦੇ ਆਂ ਪੰਜਾਬ ਸਟੇਟ ਦੇ ਵਿੱਚ ਜਿਹੜਾ ਪ੍ਰਵਾਸ ਦਾ ਬਹੁਤ ਜ਼ਿਆਦਾ ਰੁਝਾਨ ਵੱਧ ਰਿਹਾ ਹੈ ਆ ਵੱਡੀ ਕਾਰਨ ਹੋ ਸਕਦੀ ਹੈ ਕਿ ਬੱਚੇ-ਬੱਚਿਆਂ ਨੂੰ এমਪਲੋਇਮੈਂਟ ਨਾ ਮਿਲਣਾ ਜਾਂ ਐਜੂਕੇਸ਼ਨ ਦੀ ਕਾਟ ਜਾਂ ਫਿਰ ਥੋੜਾ ਬਹੁਤ ਜੋ ਹੈ ਘਰਾਂ ਦੇ ਵਿੱਚ ਜਿਹੜੀ ਆਰਥਿਕ ਮੰਦਹਾਲੀ ਹੋਣਾ ਇਹਨਾਂ ਤਿੰਨਾਂ ਨੂੰ ਜੇ ਤੁਸੀਂ ਫਾਰਮ ਕਰਦੇ ਹੋ ਗਵਰਨਮੈਂਟ ਪਹਿਲਾਂ ਤਾਂ ਤੁਸੀਂ ਦੱਸੋ ਵੀ ਇਹਨਾਂ ਤਿੰਨਾਂ ਤੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਤੁਹਾਡੀ ਗਵਰਨਮੈਂਟ ਆਉਣ ਦੇ ਉੱਤੇ ਇਸ ਚੀਜ਼ ਨੂੰ ਕਿਦਾਂ ਨੱਥ ਪਾਈ ਜਾ ਸਕੂਗੀ ਬਾਹਰ ਆਉਣਾ ਕੋਈ ਮਾੜੀ ਗੱਲ ਨਹੀਂ ਹੈ ਅਸੀਂ ਵੀ ਆ ਕੇ ਬੈਠੇ ਆਂ ਪਰ ਇੱਕੋ ਦਮ ਜਿਹੜਾ ਆਪਦਾ ਦੇਸ਼ ਛੱਡ ਕੇ ਬਹੁਤ ਹੀ ਮੁੰਡੇ ਕੁੜੀਆਂ ਕਹਿੰਦੇ ਕਿਸੇ ਨਾ ਕਿਸ ਤਰ੍ਹਾਂ ਨਿਕਲ ਜੀਏ ਉਹਦਾ ਰੀਜ਼ਨ ਕੀ ਹੈ ਕਿ ਉਹਨਾਂ ਨੂੰ ਇਨਸਿਕਿਉਰਟੀ ਹੈ ਉੱਥੇ ਜਾਂ ਪ੍ਰੋਪਰ ਐਜੂਕੇਸ਼ਨ ਹੀ ਮਿਲ ਰਹੀ ਆ ਪ੍ਰੋਪਰ ਕਮਾਈ ਦੇ ਸਾਧਨ ਨਹੀਂ ਮਿਲ ਰਹੇ ਦੇਖੋ ਤੁਸੀਂ ਬ੍ਰੇਨ ਡ੍ਰੇਨਿੰਗ ਦੀ ਗੱਲ ਕਰ ਰਹੇ ਹੋ ਬ੍ਰੇਨ ਡ੍ਰੇਨ ਜਿਹੜਾ ਹੈਗਾ ਉਹ ਤੋਂ ਹੁੰਦਾ ਜਦੋਂ ਅਰਥਵਸਥਾ ਜਿਹੜੀ ਹੈਗੀ ਹੈ ਉਹ ਠੀਕ ਨਾ ਹੋਵੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਬੰਦੀ ਭਾਰਤੀ ਜਨਤਾ ਪਾਰਟੀ ਦੀ ਸੋ ਅਸੀਂ ਜਿਹੜਾ ਹੈਗਾ ਪ੍ਰਦੇਸ਼ ਦੀ ਅਰਥਵਸਥਾ ਦੇ ਬਿਹਤਰ ਕਰਾਂਗੇ ਜਿਹਦੇ ਨਾਲ employment generation ਹੋਵੇ ਔਰ ਲੋਕੀ ਜਿਹੜੇ ਹੈਗੇ ਨੌਜਵਾਨ ਸਾਥੀ ਜਿਹੜੇ ਹੈਗੇ ਆ ਉਹਨਾਂ ਨੂੰ ਬਾਹਰ ਜਾਣ ਦੀ ਬਜਾਏ ਇੱਥੇ ਜਿਹੜੀਆਂ ਹੈਗੀਆਂ ਬਿਹਤਰ ਜਿਹੜੇ ਹੈਗੇ ਪਾਕਸਪੀਲਾ ਨੌਕਰੀਆਂ ਮਿਲਣ ਸਾਡਾ ਇਹ ਪ੍ਰਯਾਸ ਹੋਏਗਾ ਜੀ 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 ਪਰ ਆ ਜਿਹੜਾ education ਦੇ ਵਿੱਚ ਤੁਹਾਨੂੰ ਜਿਹੜਾ ਚਲੋ ਆਪਾਂ ਹਾਂ ਲੋਕਡਾਊਨ ਨੂੰ ਛੱਡ ਦਿੰਨੇ ਕਹਾਲੀਆ ਸਾਹਿਬ ਲੋਕਡਾਊਨ ਨੂੰ ਆਪਾਂ ਕੰਪਲੀਟ ਛੱਡ ਦਿੰਦੇ ਜੋ ਪਹਿਲਾਂ ਸੀਗਾ ਕਿ ਪ੍ਰਾਈਵੇਟ ਸਕੂਲਾਂ ਵਾਲੇ ਕਾਲਜਾਂ ਵਾਲੇ ਮਨਮਾਨੀ ਆਪਦੀ ਲੈ ਰਹੇ ਸੀ ਤੇ ਸਰਕਾਰੀ ਸਕੂਲਾਂ ਚ ਉਹ ਚੀਜ਼ਾਂ ਅਵੇਲੇਬਲ ਨਹੀਂ ਸੀਗੀਆਂ এডਿਕੇਸ਼ਨ ਬੇਸ ਤੇ ਤੁਸੀਂ ਤੁਹਾਡਾ ਕੀ ਹੈ ਜੀ ਉਹ ਸਟੈਂਡ ਦੇਖੋ এডਿਕੇਸ਼ਨ ਜਿਹੜੀ ਹੈਗੀ ਬਿਹਤਰ ਨੌਜਵਾਨਾਂ ਨੂੰ ਜਿਹੜਾ ਹੈਗਾ ਕਿਉਂਕਿ ਨੌਜਵਾਨ ਜਿਹੜੇ ਹੈਗੇ ਪਰਦੇਸ ਦਾ ਦੇਸ਼ ਦਾ ਪਵਿੱਖਿਆ ਉਹਨਾਂ ਨੂੰ ਬਿਹਤਰ ਜਿਹੜੀ ਹੈਗੀ ਸਿੱਖਿਆ ਮਿਲੇ ਔਰ ਅੱਛੇ ਸਿੱਖਿਸ਼ਿਤ ਹੋਣ ਸੋ ਉਸ ਨਾਤੇ ਜਿਹੜਾ ਹੈਗਾ ਸਾਡਾ ਪ੍ਰਯਾਸ ਰਹੇਗਾ ਜੀ 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 ਕਾਲਯੂਪ ਸਾਬ ਹੁਣ ਆਪਾਂ ਇੱਕ ਨੈਸ਼ਨਲ ਚੱਲੇ ਜਾਂਦੇ ਆ ਓਵਰ ਆਲ ਇੰਡੀਆ ਤੇ ਕਿ ਵੈਸਟ ਬੰਗਾਲ ਲੂਜ਼ ਕਰਤਾ ਆਉਣ ਵਾਲੀਆਂ ਪੰਜ ਸਟੇਟਾਂ ਜੇ ਤੁਸੀਂ ਜੇ ਤੁਸੀਂ ਆਪ ਦਾ ਨੈਸ਼ਨਲ ਲੈਵਲ ਤੇ ਦੇਖ ਰਹੇ ਹੋ ਆਉਣ ਵਾਲੀਆਂ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੈ ਉੱਥੇ ਤੁਸੀਂ ਭਾਰਤੀ ਜਨਤਾ ਲਾਸਟ ਕੁਐਸਚਨ ਹੈ ਮੇਰਾ ਉੱਥੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਕਿੱਥੇ ਖੜੀ ਦੇਖਦੇ ਹੋ ਦੇਖੋ ਉੱਥੇ ਜਿਹੜਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹੈ ਔਰ ਆਸ਼ਾ ਦੇ ਅਨੁਕੂਪ ਜਿਹੜੀ ਹਰਦੀ ਜਨਤਾ ਉਹਦੇ ਅਨੁਕੂਪ ਕੰਮ ਕਰ ਰਹੀ ਹੈ ਜਿਵੇਂ ਅਸੀਂ ਵੈਸਟ ਬੰਗਾਲ ਵੀ ਕਹੀ ਹੈ ਸਾਡਾ 3 ਤੋਂ 73 ਤੱਕ ਅਸੀਂ ਅੱਗੇ ਵਧੇ ਆਉਣ ਵਾਲੇ ਸਮੇਂ 'ਚ ਅਸੀਂ ਅਗਲੇ ਜਿਹੜੇ 5 ਸਾਲਾ ਜਿਹੜਾ ਹੈਗਾ ਉਹਦੇ ਬਾਅਦ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਸਾਡੇ 3 ਸੀਗੇ ਉਹ 73 ਹੋ ਗਏ ਸੋ ਉਸ ਨਾਤੇ ਜਿਹੜਾ ਅਸੀਂ ਅੱਗੇ ਵਧੇ ਆ ਅਸੀਂ ਅਸਾਮ ਦੇ ਵਿੱਚ ਵੀ ਦੁਬਾਰਾ ਸਰਕਾਰ ਬਣਾਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਦੇਸ਼ਾਂ 'ਚ ਚੋਣ ਹੋ ਰਹੀ ਹੈ ਉੱਥੇ ਅਸੀਂ ਜਿਹੜੀ ਹੈਗੀ ਫਿਰ ਸਰਕਾਰ ਬਣਾਵਾਂਗੇ ਜੀ 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 ਕੱਲ ਇਹ ਸਭ ਕੁਐਸਚਨ ਹੋਰ ਬਹੁਤ ਉੱਬਰ ਕੇ ਆ ਰਹੇ ਸੀਗੇ ਮੈਸੇजेस ਦੇ ਵਿੱਚ ਵੀ ਪਰ ਅੱਜ ਵਕਤ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਤੁਸੀਂ ਚੜ੍ਹ ਚੜ੍ਹਦੀ ਕਲਾ ਚੋਂ ਸਾਡੇ ਵੱਲੋਂ ਅਰਦਾਸ ਹੈ ਤੁਸੀਂ ਅੱਜ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਖੀਰ ਕੋਈ ਮੈਸੇਜ ਐਨਆਰਆਈਸ ਨੂੰ ਦੇਣਾ ਹੋਵੇ ਤਾਂ ਦੋਸਤ ਬਸ ਮੈਂ ਇਹ ਕਵਾਂਗਾ ਕਿ ਜਿਹੜੇ ਐਨਆਰਆਈs ਹੈਗੇ ਆ ਭਾਰਤ ਤੋਂ ਗਏ ਹੋ ਹੈਗੇ ਆ ਸੋ ਉੱਥੇ ਖੁਸ਼ਹਾਲ ਰਹਿਣ ਔਰ ਤਰੱਕੀ ਕਰਨ ਔਰ ਜਿਹੜਾ ਹੈਗਾ ਪੰਜਾਬ ਦੇ ਔਰ ਦੇਸ਼ ਦੀ ਅਰਥਵਿਵਸਥਾ ਨੂੰ ਆਪਣਾ ਯੋਗਦਾਨ ਪਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਾਲਿਆ ਸਾਹਿਬ ਤੁਸੀਂ ਟਾਈਮ ਕੱਢਿਆ ਧੰਨਵਾਦ ਤੁਹਾਡਾ ਦਰਸ਼ਕੋ ਇਹ ਸੁਣ ਪੁਰਵ ਕੈਬਨਿਟ ਮਿਨਿਸਟਰ ਮਨੋਰੰਜਨ ਕਾਲਿਆ ਜੀ ਇਹਨਾਂ ਨੇ ਵਕਤ ਕੱਢਣ ਦਾ ਬਹੁਤ ਬਹੁਤ ਧੰਨਵਾਦ ਅੱਜ ਕੁਐਸਚਨ ਸੀਗੇ ਪਰ ਰਹਿ ਗਏ ਨੇ ਕਿਉਂਕਿ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਣਾ ਪੂਰਾ ਖਿਆਲ ਰੱਖਣਾ ਹੋਵੇ ਇਸ ਲਈ ਪਨ ਹੋਵੇ ਇਸ ਲਈ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਇੱਕ ਨਵਾਂ ਵੇਰੀਐਂਟ ਸਾਹਮਣੇ ਆਇਆ ਪਿਛਲੇ 24 ਤੋਂ 48 ਘੰਟਿਆਂ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਹੈ ਇਸ ਕਰਕੇ ਆਪਾਂ ਗੱਲ ਨਹੀਂ ਕਰਾਂਗੇ ਆਪਣਾ ਪੂਰਾ ਕੀ ਰੱਖਣਾ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੇ ਸ਼ਬਕ ਹੈ